Andrà. ਜਦੋਂ ਹੁਣ ਇਸ ਵਚਨ ਪੜ੍ਹਨਾ ਹੈ ਆਦਰ ਦੇ ਲਈ ਖੜੇ ਹਾਂ ਇਸ ਵਚਨ ਦੇ ਔਰ ਇੱਥੇ ਕੁਛ ਬੱਚੇ ਆ ਕਦੇ ਮਿਲ ਜਾਂਦੇ ਆ ਜਾਂਦੇ ਇੱਥੇ ਇੱਧਰ ਚੱਲਦਾ ਰਿਹਾ ਕੋਈ ਭਰਾ ਧਿਆਨ ਰੱਖਣ ਤਾਂ ਕਿ ਜਦ ਤੱਕ ਵਚਨ ਚੱਲਦਾ ਹੈ ਤਾਂ ਰਿਸਪੈਕਟ ਦਿੱਤੀ ਜਾਏ ਬੱਚਿਆਂ ਨੂੰ ਆਦਰ ਸਨਮਾਨ ਦੇ ਨਾਲ ਸਾਰੇ ਕੰਮ ਹੋਣ ਛਾਇਆ 45:15 ਸੱਚਮੁੱਚ ਇੱਕ ਪਰਮੇਸ਼ਵਰ ਹੈ ਜੋ ਆਪ ਨੂੰ ਬਚਾਉਂਦਾ ਹੈ ਇਸਰਾਇਲ ਦੇ ਬਚਾਉਣ ਵਾਲੇ ਸਾਡੇ ਸਰਵ ਸ਼ਕਤੀਵਾਨ ਪ੍ਰਭੂ ਯਿਸੂ ਮਸੀਹ ਅਸੀਂ ਬਹੁਤ ਹੀ ਧੰਨਵਾਦੀ ਹਾਂ ਅੱਜ ਦੀ ਇਸ ਸੰਗਤੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਸੰਗਤੀ ਦਾ ਲਕਸ਼ ਉਦੇਸ਼ ਪੂਰਾ ਹੋਵੇ ਜੋ ਭੈਣ ਭਰਾ ਨਾਲ ਮਿਲ ਕੇ ਇਸ ਸੰਗਤੀ ਕਰਵਾ ਰਹੇ ਹਨ ਉਹਨਾਂ ਨੂੰ ਬਹੁਤ ਬਰਕਤ ਦੇ ਪ੍ਰਭੂ ਔਰ ਮੇਰੀ ਇਹ ਵੀ ਪ੍ਰਾਰਥਨਾ ਹੈ ਪ੍ਰਭੂ ਜੋ ਵਚਨ ਪ੍ਰਚਾਰ ਕੀਤਾ ਜਾਵੇ ਸਾਡੇ ਸਭ ਦੇ ਲਈ ਬਰਕਤ ਲੈ ਕੇ ਆਵੇ ਆਸ਼ੀਸ਼ ਲੈ ਕੇ ਆਵੇ ਔਰ ਅਸੀਂ ਤੇਰੇ ਸੁਭਾਅ ਨੂੰ ਹੋਰ ਜਾਣ ਸਕੀਏ ਤਾਂ ਕਿ ਹੋਰ ਵੱਧ ਅਸੀਂ ਤੈਨੂੰ ਮਹਿਸੂਸ ਕਰ ਸਕੀਏ ਹੋਰ ਵੱਧ ਅਸੀਂ ਜਾਣ ਸਕੀਏ ਕਿ ਤੂੰ ਸਾਡੇ ਨਾਲ ਹੈ ਔਰ ਤੇਰਾ ਕੰਮ ਕਰਨ ਦਾ ਤਰੀਕਾ ਕੀ ਹੈ ਪ੍ਰਭੂ ਦੁਖੀ ਲਾਚਾਰ ਬਿਮਾਰ ਦੁਖੀ ਨੂੰ ਚੰਗਾ ਕਰਨਾ ਹੋ ਸਕਦਾ ਇਹੀ ਆਸ਼ਾ ਲੈ ਕੇ ਆਏ ਹੁਣ ਅੱਜ ਦੀ ਸੰਗਤੀ ਵਿੱਚ ਕਿ ਤੂੰ ਉਹਨਾਂ ਦੀ ਸਮੱਸਿਆ ਦਾ ਹੱਲ ਕਰੇਗਾ ਪ੍ਰਭੂ ਤੇ ਇਸ ਜਗ੍ਹਾ ਤੇ ਹਾਜ਼ਰ ਹੈ ਉਹ ਕਰਨ ਦੇ ਲਈ ਔਰ ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਹੈ ਜਿਹਨੇ ਗੀਤ ਭਜਨ ਧੰਨਵਾਦ ਦੇ ਨਜ਼ਰਾਨੇ ਤੈਨੂੰ ਚੜ੍ਹਾਏ ਗਏ ਹਨ ਸਾਰੇ ਤੇਰੇ ਹਜ਼ੂਰ ਪਹੁੰਚਣ ਔਰ ਸਾਡੀਆਂ ਭੇਟਾਂ ਸਵੀਕਾਰ ਕੀਤੀਆਂ ਜਾਣ ਔਰ ਪ੍ਰਭੂ ਯਿਸੂ ਮਸੀਹ ਭਾਈ ਜਸਪਾਲ ਹੋਣਾ ਨੂੰ ਉਹਨਾਂ ਦੇ ਸਾਰੀ ਯਤਨਾਂ ਨੂੰ ਸੇਵਕਾਈ ਨੂੰ ਆਸ਼ੀਸ਼ ਔਰ ਬਰਕਤ ਦੇ ਔਰ ਇਹ ਸਾਰੇ ਮਿਲ ਕੇ ਸਾਰੇ ਭੈਣਾਂ ਭਰਾਵਾਂ ਦੀ ਬਰਕਤ ਮੰਗਦੇ ਹਾਂ ਉਹਨਾਂ ਦੀ ਭਲਾਈ ਮੰਗਦੇ ਹਾਂ ਉਨਤੀ ਤਰੱਕੀ ਮੰਗਦੇ ਹਾਂ ਆਤਮਿਕ ਤੌਰ ਤੇ ਇਹ ਸਾਰੇ ਪ੍ਰਭੂ ਰਲ ਮਿਲ ਕੇ ਅੱਗੇ ਵੱਧਦੇ ਰਹੀਏ ਇਸ ਮਹਾਨ ਘਟਨਾ ਲਈ ਆਪਣੇ ਆਪ ਨੂੰ ਤੇਰੀ ਕਿਰਪਾ ਨਾਲ ਤਿਆਰ ਕਰ ਲਈਏ ਕਰ ਲਈਏ ਜੋ ਇਹਨਾਂ ਇਤਨਾ ਘਟਣ ਵਾਲੀ ਹੈ ਵਰਤ ਉਠਾਏ ਜਾਣਾ ਸਾਡੇ ਵਿੱਚੋਂ ਕੋਈ ਵੀ ਪਿੱਛੇ ਨਾ ਰਹਿ ਜਾਵੇ ਤੇ ਸਾਡੀ ਸਹਾਇਤਾ ਕਰ ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਆਮੇਨ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਕਿਰਪਾ ਕਰਕੇ ਬੈਠ ਸਕਦੇ ਹੋ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਪ੍ਰਾਰਥਨਾ ਲਈ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਤੁਸੀਂ ਜੋ ਪ੍ਰਾਰਥਨਾਵਾਂ ਕਰਦੇ ਹੋ ਔਰ ਯਾਦ ਕਰਦੇ ਹੋ ਸਾਨੂੰ ਸਾਰਿਆਂ ਨੂੰ ਕਈ ਵਾਰ ਕਈ ਕੰਮ ਹੁੰਦੇ ਹਨ ਔਰ ਸਾਨੂੰ ਕਰਨੇ ਸੌਖੇ ਹੋ ਜਾਂਦੇ ਹਨ ਪਰ ਪਿੱਛੇ ਭੈਣ ਭਰਾ ਹੁੰਦੇ ਹਨ ਜੋ ਦੁਆਵਾਂ ਕਰ ਰਹੇ ਹੁੰਦੇ ਹਨ ਹਰ ਇੱਕ ਸੰਗਤੀ ਦੀ ਸਫਲਤਾ ਪ੍ਰਾਰਥਨਾਵਾਂ ਅੱਜ ਦੀ ਸੰਗਤੀ ਵੀ ਜੋ ਹੈ ਜ਼ਰੂਰ ਤੁਹਾਡੀਆਂ ਦੇ ਨਾਲ ਦੁਆਵਾਂ ਹਨ ਪ੍ਰਾਰਥਨਾਵਾਂ ਹਨ ਔਰ ਇਸ ਦੇ ਲਈ ਪ੍ਰਭੂ ਅੱਜ ਨੇ ਸਾਡੀ ਸੰਗਤੀ ਨੂੰ ਸਫਲ ਬਣਾਵੇਗਾ ਔਰ ਇਸ ਸੰਗਤੀ ਸਾਡੇ ਸਾਰਿਆਂ ਲਈ ਬਰਕਤ ਦਾ ਕਾਰਨ ਬਣੇਗੀ ਭੈਣ ਭਰਾਵੋ ਪ੍ਰਭੂ ਤੁਹਾਨੂੰ ਬਹੁਤ ਬਰਕਤ ਆਸ਼ੀਸ਼ ਦੇਵੇ ਮੈਂ ਜੋ ਵਿਸ਼ਾ ਪ੍ਰਚਾਰ ਕਰਨਾ ਹੈ ਮੈਂ ਲੱਭ ਰਿਹਾ ਸੀ ਇੱਥੇ ਜੇ ਮੇਰੇ ਕੋਲ ਇਹ ਰਿਕਾਰਡਿੰਗ ਹੋ ਜਾਂਦਾ ਕਿ ਅਗਲੀ ਜਿਹੜੀ ਪੀੜ੍ਹੀ ਹੈ ਉਹ ਬੜੀ ਤੇਜ਼ ਆ ਉਹਨਾਂ ਤੋਂ ਹੀ ਸਿੱਖਣਾ ਪੈਂਦਾ ਮੋਬਾਈਲਾਂ ਦਾ ਹਾਲੇਲੂਯਾ ਕੁਛ ਗੱਲਾਂ ਹੋ ਸਕਦਾ ਜੋ ਤੁਸੀਂ ਸੁਣੋ ਤੁਹਾਨੂੰ ਪਹਿਲੀ ਵਾਰੀ ਸੁਣਨ ਨੂੰ ਮਿਲੇ ਪਰ ਮੈਂ ਤੁਹਾਡਾ ਧਿਆਨ ਸਾਰਿਆਂ ਦਾ ਬਹੁਤ ਚਾਹੁੰਦਾ ਹਾਂ ਬਹੁਤ ਹੌਲੀ ਹੌਲੀ ਗੱਲਾਂ ਕਰਨੀਆਂ ਮੈਂ
ज्यादा हो सकता जोर ना लगाइए, ज्यादा रौला भी ना पाइए, क्योंकि प्रचार जरा इस तरह का है, एक टीचिंग दे वांग या जिदा अपना सिखाई दा किसी ने। और मैं लगता है कि सिक्ख्या जी है बड़ी ही जरूरी है, जी गल कर लगे आप। और मेरा विषय है एक परमेश्वर जो अपने आप में लुकोंदा, गॉड हू हाइड्स हिमसेल्फ, परमेश्वर जिहड़ा अपने आप में लुकोंदा है, लुकोंदा है। इहदे उपर असी गल करनी है। आमीन। हो सकता तुसीं कदी इस ऐत दे वल ध्यान ना दिता होवे, या हो सकता भी पढ़ी होवे कदी, या हो सकता ना भी पढ़ी होवे, ठीक है। और ये ऐत सानू ये कहती है कि परमेश्वर अपने आप नू लुकोंदा है। बहुत सारे भैन भरावान ने कई बार गलबात होंगी, सवाल जवाब होंगे, जिमें भाई जसपाल हुणी भी दस्या। और ज्यादातर जिन्हें भी लोगों के नाल साडा विचरण मिलना जुलना होंदा है, गलबात होंगी है, तो ज्यादातर यही सब जानते हैं परमेश्वर के बच्चे परमेश्वर के बारे कि वो सर्वशक्तिमान है, वो लौकिक है, वो चंगाई दाता है, वो मुक्ति दाता है, और वो रचनहारा है, बहुत चीजें। पर जो करके गल ये की जाए कि वो अपने आप में लुकोण वाला है, इहदा बहुत घट चर्चा है। हालेलुया। पर उसका वचन सानू ये दसदा है कि वह परमेश्वर जिसकी असि सारे भगती करते हैं, उसका सुभाव यह है कि अपने आप को लुकाता है। आमीन। देखते हैं कि यशाया नबी है, और नबी है, और बाइबल का महान नबी है, सारी बाइबल लिखण वाला है नबी। और वो कहता है कि तू सचमुच एक परमेश्वर है जो आप लुकाता है, इसराइल दे पाउण वाले परमेश्वर। आमीन। और उहदा जो बयान है यशाया का, बड़ा ही जोरदार बयान है, कोई लुके नहीं है, और वो शरेआम ये गल कर रहा है। और जो नबी एक बोल रहा, तो नबी दे लफज खाली लफज नहीं होंगे, नबी जब बोलता वो कोई कल्पना नहीं होंगी, और वो जब नबी बोलता वो निष्फल नहीं होंगे शब्द वो, ठीक है। और ऐसे भी जो नबी बोल रहा है यशाया, वो दी सारी गलबात जो है तथ्यां दे उत्ते सच्चाई दे उत्ते आधारित है। आमीन। क्योंकि वो नबी है, जरूर उन्हें तजर्बिया बेच नहीं लंघिया होगा, जरूर ओदी इदा दी तजर्बे उहदे रहे होणगे, उन्हें उन्हें तथ्यां चीजां का अध्ययन किया होगा नबी ने। आमीन। और उन्हें सब चीजा देख के और उन्हें सब तजर्बिया दे विच नहीं लंघ के ही उन्हें लिखिया और कहा, उहदे कोल बाणी आई कि तू वो परमेश्वर है जो अपने आप को लुकाता है। हालेलुया। क्योंकि जो उसने परमेश्वर को करते हुए देखा, और जो परमेश्वर ने उस सामर्थी हाथ ने इसराइल के लिए किया, और जो उसने परमेश्वर के और लोगों के बीच काए तजर्बे हैं उन्होंने देखा, और इन सब चीजों को देख के वो इस जांच में या इस फैसले से या नतीजे के उत्ते पहुंचा। आमीन। और जिथे उन्हें ये समझो कि निष्कर्ष कढ़िया है ना एंड ते कि तू वो परमेश्वर है जो अपने आप नूं लुकाता है, लुकाता है।
पर जिचाया इस निष्कर्ष या हाल दे कंक्लूजन दे उते कितना पहुंचा जसीम शायद किताब पढ़िए तो सानू पता लग जाएगा आमीन क्योंकि असि देखते हैं क्यों परमेश्वर जिन्हें अणगिणत काम इसराइल के अंदर किए धन्यवाद और अणगिणत जिंदगियां दे विच उसने काम किए और जो अणगिणत काम करने वाला है इसराइल के अंदर लोगों दी जिंदगियां के अंदर और काम करने के बावजूद वो अपने आप को लुकोई रखता है वो बिना रुके काम करता ही रहता है परमेश्वर महिमा होवे हालेलुया पर ता भी वो हर वेले छुपिया ही रहता लुकिया ही रहता है आमीन हालेलुया हालेलुया और बहुत ज्यादा है जो सब कुछ परमेश्वर कर रहा है और जो उसने इसराइल के अंदर किया पर जो इसराइल के अंदर वो कर रहा सी जो उसने किया इसके बावजूद इसराइली लोग इस गल तो अनजान सके कि करने वाला है कौन इन्हें है परमेश्वर है इन्हें पता ही है आमीन क्योंकि वो सामने नहीं आता और इन्हें सब चीजों देखते हुए इशाया कह रहा कि तू वो परमेश्वर है जो अपने आप को लुकाता है अई जो मनुख हां साडा व्यक्तित्व जो है या साडे सुभाव जो हैं ये परमेश्वर के बिल्कुल ही उल्टे हैं ठीक है असी जो कुछ करते हैं अई दिखाना चाहते अई चाहते हाँ जो कुछ भी करते कि सारे हम पता लग जाए मैं आ किया है थोड़ा बहुत जो कि करते हैं कुछ और साडा सुभा है विखावे का पर परमेश्वर जो है वो जो कुछ करता है वो एदे शेखियां या दावे या वड्डे वड्डे प्रगटावे पता लग जाए वो करता है पर असी ये करन तो बिना नहीं रोक सकते क्योंकि साड़ी आदत है आज के असी नहीं हट सकते सानू ठंड नहीं पैंदी ना? पर परमेश्वर ये नहीं हट सकता कि वो दिखावा करे ये उदा सुभा है अमीन ये दिखावा करने वाला साडा सब दा सुभा है और ये साडे लिए उदा जो अलौकिक सुभा है अपने आप नु लुकाउण दा ये साडे मनुख जाति लिए बड़ा वड्डा एक परतावा भी अच्छा जी अमीन क्योंकि साडे अगे परतावा कि असि उन्हें क्या जो तेरा खप्पा हाथ करता सज्जे नु ना पता लगे हमें जो भी करना चुप चाप करो पर साडे के एडा वड्डा परतावा कि चुप चाप साडे को हुंदा नहीं जांदा हालेलुया और साडे को दिखावा हो ही जांदा है और ये साडे लिए बड़ी वड्डी एक समझो परीक्षा है बहुत वड्डी आई देखते कि एलिया दे नाल भी ऐसे तरह होया एलिया साडे वर्गा दुख सुख भोगण वाला मनुख सी आमीन जिद्दां दे असी ओदां दे ओ असी कोई वखरा नहीं आमीन और ओ एदा होया कि ओ भी इस टेस्ट इस परीक्षा विच नहीं लंघे अज एलिया नबी आई जे दे कि करमल दे पहाड़ तो बाद आमीन करमल दे पहाड़ ते सन पता सा परमेश्वर ओदे नाल है नहीं और उस नहीं नाल है साडे नाल भी है बिल्कुल आमीन आमीन पर जदो इस परमेश्वर ने अपना काम करके अपने आप नु लुको लिया ता एलिया कोई चल नहीं होए हां जी क्योंकि परमेश्वर काम करदा तो लुक जांदा हालेलुया एलिया तनाव विच आ गया एलिया बड़ी ज्यादा परेशानी विच आ गया हां जी हां जी और वो एक गुफा दे विच जाके लुक गया फिर परमेश्वर आया जो लुकिया सी उन्हें पूछा कि तू एलिया इतने की करता है हालेलुया अच्छा
एलिया ने कहा कि मैं जूंदे जो परमेश्वर है सेना दा यहोवा ओली अणख दे मारा सड़या होया इत्थे सड़या है अणख दा सड़या पिया है। हां जी हां जी आमीन। क्योंकि इसराइलिया ते बच्चियां ने इसराइलिया ने यहोवा नु त्याग दिता, ओदा नेम त्याग दिता या यगवेदियां ढा दित्तियां गईयां हन और नबियां नु तलवार दे नाल मार दिता गया है और मैं इकल्ला ही बचिया आ ता हुण ओ मेरे मारन दे लई मेरी जान दे लई मेरे पिछे पए होए हैं। आमीन। अरे खुदा जो अपने आप नु लुकोंदा है ओ एलिया दी समस्या दा हल जानदा सीगा। हालेलुया। आमीन। आमीन। क्योंकि परमेश्वर जानदा कि एलिया चाहुंदा है कि मैं लुकिया ना रहा मैं सामने आ। बिल्कुल। हालेलुया। हालेलुया। और वो चाहुंदा है एलिया कि परमेश्वर सामने अपने आप नु खोले प्रकट होवे क्योंकि एलिया जो है वो समझो कि समझ नहीं आ रहा उदे कि खुदा नु क्या क्यों वो सामने आवे और मैं कल्ला बच गया आया बचिया आया और इना कुछ हो रहा है। हालेलुया। तबे परमेश्वर ने एक ओनु डेमोन्स्ट्रेशन उनका अपना एक प्रगटावा दिखाया और मैं चाहना इन बड़े ध्यान दे नाल सुनियो। हालेलुया। और साड़ी बड़ी मदद करेगा। परमेश्वर ने उन्हू कुछ करके दिखाया और परमेश्वर ने हमें लिखा है ये पहला राजा 19:11-12 में रेफरेंस ले रहे हैं तो नोट कर सकते बाद पढ़ सकते हो। हालेलुया। ता एलिया यहोवा दे सामने पर्वत दे उत्ते खड़ा हो गया लिखा था वेखो यहोवा लंघिया अते एक वड्डी ते जोर दी हनेरी ने पहाड़ पाड़ सुटे अते यहोवा दे अगे चट्टाना नु चूर चूर कर दिता पर यहोवा हनेरी विच नहीं सी। हालेलुया। आमीन। जदों हनेरी आई जदों इन्नी वड्डा ए हनेरी आई है ता एलिया ने सोचिया कि यहोवा इहदे विच रोले च दिखावे च बहुत वधिया। आमीन। और उन्हें सोचिया कहने च पर यहोवा उहदे विच नहीं सी बहुत कोई रोलियां च नहीं कोई दिखावियां च नहीं। आमीन। कोई शोर शराबियां च नहीं। हालेलुया। आमीन। आमीन। और फिर उस तो बाद हनेरी तो बाद हनेरी पिछो भूचाल आया तो एलिया ने सोचिया कि ये भी बड़ा बड़ा दिखावा या बड़ा बड़ा रौला या बड़ा बड़ा कुछ दिखाई दे रहा तो एलिया ने सोचिया जरूर यहोवा भूचाल विच होवेगा पर बाइबल च लिखिया पर यहोवा भूचाल विच नहीं सी। आमीन। हालेलुया। हालेलुया। और उस तो बाद अग आई और एलिया ने सोचिया कि यहोवा दा भस्म करने वाली अग है। हां जी। यहोवा तवा बरोले चांदा है। हां जी। आमीन। और यहोवा जो भस्म करने वाली अग है वो जरूर ही एदे विच होवेगा ता बाइबल दादी ता भूचाल दे पिछो अग आई पर यहोवा अग दे विच भी नहीं सी। किन्ने जने सुन रहे पिछे सारे आपो अपने काम च लग गए सुन घट ही रहे हैं क्योंकि वह सोच रहे कि मैं अपने काम लगना अपने काम लगे और ती अपने लग जाओ पर ती सुनो तुहानू बरकत मिलेगी। आमीन। ता मेरी समझ आवे कि परमेश्वर ताडियां जिंदगियां च काम किवें करदा है और जे सानू पता लग जाए काफी साडी मदद करेगा। आमीन। हालेलुया। हालेलुया। परमेश्वर दिखावियां च नहीं है। सच्चा ही। आमीन। हालेलुया। हालेलुया। ता अगले विच भी नहीं सीगा। हालेलुया। ता उस तो बाद भूचाल तो अग तो हनेरी तो बाद बाइबल च लिखिया था अग दे पिछो एक होली अते निम्मी आवाज आई। हालेलुया। हालेलुया। उस दे विच सी परमेश्वर। आमीन। आमीन। परमेश्वर दिखावियां तो रौलियां तो शोर शराबियां तो आमीन
अपने आप नूं लुकांदा है और परमेश्वर सादगी दे विच लुकदा है। हालेलुया सारे समझ आ गई है। आमीन प्रभु का बहुत बरकत है। सारे सुन रहे हो? आमीन। हुण किसे नूं अगे पिछे ना करियो, जिहड़ा हुंदा आपणी जगह लभ लवे जां बाहर बैठ जावे, क्योंकि इन्ना लई आया बड़े निम्मी आवाज हौली आवाज कि तू कला नहीं बचिया, 7000 गुर है जिन्होंने नाथ बाल में चुमिया है, ना उसके अगे सिर झुकाए हैं। हालेलुया हालेलुया। एलिया मैं अपने आप नूं लुकांदा हां और तेनू नहीं पता, मैं 7000 होर लुकोए हुए हैं। हालेलुया। जिवें ब्रह्म ने क्या उन्हें 7 मोहरां दे विचों एक मोर नु खोल दिता, जो गुप्पर सी जो लुकी हुई सी ताकि एलियर पता लगे क्योंकि 7000 हो रहा। हालेलुया 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 धन्यवाद। एलिया नू उसे समझ लग गई कि परमेश्वर का कम करन दा ढंग की है, वो परमेश्वर अपने उप नू लुको ही रखता है, ना तो भूचाल च है, ना तो हनेरिया दे विच है, ना अग दे विच है, ओ दा एक निम्मी होली जी आवाज दे विच है। और निम्मी होली जी आवाज जे सादगी ए लुकोना अपने आप नूं ए कहिंदा है कि मेरे कोल 7000 होर हन जो मैं अपने लई सांभे होए हां। हालेलुया हालेलुया। पर मैं चाहुंदा कि तुसी इस चीज वल ध्यान दिओ कि परमेश्वर दा काम करन दा ढंग और परमेश्वर दा काम करन दा तरीका इन्ना ज्यादा लुकिया होया सी कि एलिया नबी नूं खुद नहीं पता कि 7000 हो रहे। आमीन धन्यवाद। उन्हें तो इन्ना ही पता कि मैं कला ही रह गया बस। हालेलुया हालेलुया। एलिया नबी भी एदे बारे च कुछ नहीं जानदा। अब्राहम जो इस युग दे विच आंदा है, एलिया नबी, वो कहिंदा है कि परमेश्वर भी सब कुछ अपने नबियां नूं नहीं दस सकदा। जिन्हें की लोड़ है ना कि वो खोल दाया बाकी नूं क्या रहिंदा है। हालेलुया 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 हालेलुया। और यही मेरी इच्छा है इस प्रचार दे राहीं कि परमेश्वर दे बच्चे परमेश्वर दे उस सुभा नू जो लुकड़ा है परमेश्वर का सुभा है अपने आप नू लुकाना, साडा सुभा है अपने आप नू दिखाना। पर आओ असी उस परमेश्वर के सुभा नू समझिए जो लुकड़ वाला सुभा है। हालेलुया आमीन। ए ना सोचो भैनो भरावो कि परमेश्वर बहुत बड़े बड़े प्रभाव दे हेठिया प्रभावशाली आदमियां दे विच है जिन्हां दा बहुत वड्डा प्रभाव है। ए ना सोचो कि बहुत वड्डे वड्डे दर्शनां दे विच परमेश्वर है। ए ना सोचो कि बड़े वड्डे वड्डे प्रकाशनां दे जिहड़े दावे करदे उहनां दे विच परमेश्वर है। और जिन्ने वड्डे प्रकाशनां दे दावे करदे की कर रहे है कि देखो आदमी भगती देखे है, लोग उन्हां दी भगती कर रहे हैं, लोग उन्हां दे पैसियां दे फुल्लां दे हार पवा रहे, दरियां उन्हां दे के बिछा रहे, ढोल वजदे आ, तुरियां वज रहीआं तुरियां। जेडे खुदा दा कहिंदे साडे कोल प्रकाशन आया और खुदा दे राही ही मुक्ति है, खुदा मन्नो रब्बे जाओगे, अज ओह किथे हन? इस रोले च, इस शोर दिखावे च, इस अग दे विच, और अग बहुत खोंदे सी ओ, इस अग अग इस बां रोले इस हनेरियां दे विच ओ किथे झुल गए सारे। हालेलुया हालेलुया। परमेश्वर दा एक कम करन दा कदे भी तरीका नहीं, सानू परमेश्वर दा सुभा समझना पैना है। आमीन आमीन। ना सोचो कि परमेश्वर वड्डे वड्डे प्रकाशनां दे विच है, परमेश्वर वड्डे वड्डे दर्शनां दे विच है,
क्योंकि बाइबल कहती है दर्शन है प्रकाशन है ज्ञान है सब चीजा एक दिन लपेट के परे कर दिखाई जाएंगी। हालेलुया सच है जी। परमेश्वर का पक्का ते यकीनी काम पक्का भी और यकीनी भी काम किया जाता है साडे अंदर बहुत ही गुप्त तरीके धन्यवाद किसी नु नहीं पता लगता। बिल्कुल बबरान हमने क्या परमेश्वर का बंदा हमेशा दूसरे बंदे रहे गलत समझा जाता है। हां जी हालेलुया आमीन आमीन हालेलुया गलत समझने के तो कहने के कि प्रचार ही करते हैं जिंदे जिंदे नहीं है तो प्रचार करने जो कहे ना गलत समझे जाते हैं। बबरान हमने कहा गॉड बीइंग मिसअंडरस्टूड प्रचार का नाम है भाई बबरान हम का इतने तक समझ गए थे आमीन क्योंकि प्रचार इदा का कि मैं तुम दस टीचिंग दे वांग गया और ये बड़ा समझना जरूरी भी है। हालेलुया आमीन सदा जो साडे अंदर परमेश्वर का काम हुंदा है ये बहुत ज्यादा जिदा कान च कोई गल करी दी काना पूसी करी दी दूजे नु नहीं पता लगता की गल कर गया कान च ये सदा बोली ते निम्मी दी आवाज दे विच आलियां दुनिया परमेश्वर दा काम आमीन इहदे कदी रोले नहीं पेंदे इहदे ज्यादा शोर शराबे नहीं हुंदे इहदे कदी भी दिखावे नहीं हुंदे आमीन और ये इन्ना ज्यादा गुप्त हुंदा है इन्ना ज्यादा लुकिया होया हुंदा है साडा अपना ही सोच जिहड़ी अंदरों निकलदी है अपना ही प्रगटावा सानू धोखा दे जांदा कि रब बोलिया जां मेरी अपनी सोच है। बिल्कुल सही हाँ जी बिल्कुल बिल्कुल कई काम असि करते हैं किन्नी देर टाइम लगता सोचने लिए हाँ। सोचने मैं ही कर रहा ये मैं आप ही कर रहा क्योंकि यह है इतना गुप्त अंदर बहुत ज्यादा साड़ी अंदर ही लुकिया होया है कि साड़ी खुद का विचार जो अंदर है वो ये आंदा कि मेरा अपना विचार है ये मेरी अपनी सोच है ये मैं आपे लगा हां करन पर परमेश्वर का सब तो बड़ा सब तो महान सब तो शक्तिशाली काम बड़ाई चुप किते हुए हालेलुया जो चाप लुकिया हुआ इहदे च सानू आप भुलेखा लग जांदा सच है जी आमीन उम्मीद है आप ही समझ रहे गल आमीन हालेलुया हालेलुया किसे वेले बड़ा ही कमजोर जिया कोई विचार उठदा बहुत कमजोर वो कमजोर विचार है क्योंकि दूजे विचार उतो ज्यादा प्रबल है इस कमजोर विचार नु दब सकते हैं पर एक कमजोर विचार वो होली निम्मी दी आवाज है जो परमेश्वर की आवाज जो कुछ कह रही है और सानू लगता है कि ये उदा ही ये कोई प्रबल नहीं है इन्नी जोशीली नहीं है ये कोई ज्यादा जोराबर नहीं है। हालेलुया हालेलुया वो आवाज को सानू कहती है पर जो आवाज होली और निमी क्योंकि ना ते धमाके आ ना पुचारे आ ना उलट के डिगे हाँ पिछे नु नहीं देख रहे कुछ भी नहीं हो रहा। हालेलुया पर परमेश्वर जो होली और निमी जे आवाज साडी जिंदगी दे अंदर कुछ कह रहा है भेद होना बड़ा औखा खुद बंदा कई बार भुलेखे च पै सकता है आमीन मैं पर कृपा करके तुसी इस गल वल ध्यान दियो परमेश्वर का सब तो वध सकारात्मक जोरदार और शक्तिशाली काम जो साडियां जिंदगियां च करदा है चुपचाप आमीन लुकिया होया है हालेलुया 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 तुहानू लगेगा कि तर्क च जाओगे जे कि तर्का वितर्का च जाओगे ते लगेगा कि नहीं नहीं ए परमेश्वर नहीं हो सकदा ए ता मैं ही हां ए ता मेरे विचार आ ए ता मेरियां सोचां हां या ए ता बंदा ही है कोई हालेलुया पर मैं तुहानू ये गल कह के पक्का करा या मैनू तुहानू ये गल कह के पक्का करन दियो
यही उसका सब तो जबरदस्त काम है जो चुपचाप और होली जी हों क्योंकि परमेश्वर काम थोड़े अंदर भी जो करता लुक के करता है। ब्रह्मा ने प्रचार किया है परमेश्वर अपने आप को सुधारण तक इनकी सादगी इना होली इना निम्मा ढो लेंदा कि सारे खेल हो जाते हैं। उन्हें क्या वड्डियां वड्डियां गल्लां अस करते हैं निक निकियां गल्लां असि अणगोलिया कर देंदे हैं छड्ड जांदे हैं उन्हां गल्लां नूं। आमेन आमेन हालेलुया हालेलुया। जिन्ना वादा ही परमेश्वर की सेवा करते हाँ जिन्ना वाद अं परमेश्वर बने रहते हाँ उन्ना ही वाद सन यह समझ आती जाती है कि परमेश्वर जेड़ा है वह चुप परमेश्वर है शांत परमेश्वर है खामोश खामोश है उन्ना ही वाद सन पता लगता कि परमेश्वर खामोश परमेश्वर है। आमेन इन्ना खामोश इन्ना खामोश वो कम करता है वो हाजिर हुंदा है और उसकी हजूरी परमानंद ने क्या बेध्यान कर दी जाती वो उथे ही हुंदा है और कम भी कर दिंदा है और लोगों को पता भी नहीं लगता कि ये तो वो है। परमानंद का प्रचार है उसकी हजूरी को बेध्यान हालेलुया 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 ओ सानू गाइड करता है ओ साडी अगवाई करता है और ए अगवाई इन्ने गुप्त तौर पे हुंदी है साडा अपना आप सानू कहंदा है कि मैं ही समझ ना कर लिया ये तो मैं कीता है ये तो मेरे राही हो गया है पर ओ साडी अगवाई कर रहा हुंदा इन्ने लुके हुए तरीके ना इन्ने खामोश तरीके दे नाल असी उस तो खुंझ जांदे हां ਸਾਡੀ ਅਗਵਾਈ ਹੋਈ ਹੁੰਦੀ ਆ ਕਰਨ ਦੇ ਸਾਨੂੰ ਕਿਸੇ ਨੇ ਰਾਹ ਦਿਖਾਇਆ ਹੁੰਦਾ ਹੈ ਔਰ ਉਸ ਤੇ ਰਾਹੀ ਕੁਝ ਘਟਨਾ ਘਟੀ ਹੁੰਦੀ ਹੈ ਕੁਝ ਹੋਇਆ ਹੁੰਦਾ ਕੁਝ ਵਾਪਰਿਆ ਹੁੰਦਾ ਆ। ਆਮੇਨ ਆਮੇਨ ਔਰ ਇਹ ਉਸ ਖਾਮੋਸ਼ ਔਰ ਉਸ ਗੁਪਤ ਜੋ ਕਾਰਵਾਈ ਜੋ ਪਰਮੇਸ਼ਵਰ ਦੇ ਰਾਹੀਂ ਅੰਦਰ ਹੋਈ ਹੁੰਦੀ ਆ ਇਹਦੇ ਰਾਹੀਂ ਅਸੀਂ ਬੜੀ ਮਹਾਨ ਕੋਈ ਅਗਵਾਈ ਪ੍ਰਾਪਤ ਕਰ ਲਈ ਹੁੰਦੀ ਸਾਨੂੰ ਰਾਹ ਦਿਸ ਪਿਆ ਹੁੰਦਾ ਸਾਨੂੰ ਕੋਈ ਫੈਸਲੇ ਤੇ ਪਹੁੰਚ ਗਏ ਹੁੰਦੇ ਆ ਅੱਗੇ ਕਰਨਾ ਕੀ ਹੈ ਉਹ ਅਸੀਂ ਫੈਸਲਾ ਲੈ ਲਿਆ ਹੁੰਦਾ ਹੈ ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਪਰਮੇਸ਼ਵਰ ਦੀ ਅਗਵਾਈ ਮੈਂ ਇਹ ਦੱਸਣਾ ਚਾਹ ਰਿਹਾ ਤੁਹਾਡੇ ਸਭ ਦੀਆਂ ਜ਼ਿੰਦਗੀਆਂ ਚ ਕੰਮ ਕੋਈ ਹੋ ਰਿਹਾ ਔਰ ਤੁਹਾਨੂੰ ਪਤਾ ਹੀ ਨਹੀਂ ਹਾਲੇਲੂਇਆ ਤੁਹਾਨੂੰ ਪਤਾ ਹੀ ਨਹੀਂ ਔਰ ਕੁਝ ਬਹੁਤ ਜ਼ਬਰਦਸਤ ਹੋ ਰਿਹਾ ਹੈ ਔਰ ਉਹ ਪਰਮੇਸ਼ਵਰ ਕਰ ਰਿਹਾ ਹੈ ਜੇ ਤੁਸੀਂ ਇਤਿਹਾਸ ਦੇ ਵਿੱਚ ਦੇਖੋ ਆਮੇਨ ਜੇ ਤੁਸੀਂ ਪੁਰਾਣੇ ਨਿਯਮ ਦੇ ਵਿੱਚ ਦੇਖੋ ਜੇ ਤੁਸੀਂ ਨਵੇਂ ਨਿਯਮ ਦਾ ਇਤਿਹਾਸ ਦੇਖੋ ਔਰ ਜੇ ਤੁਸੀਂ ਇਹਨਾਂ ਸਭ ਚੀਜ਼ਾਂ ਦਾ ਬਹੁਤ ਹੀ ਸਾਵਧਾਨੀ ਪੂਰਵਕ ਅਧਿਐਨ ਕਰੋ ਤਾਂ ਤੁਸੀਂ ਇਸ ਸਿੱਟੇ ਦੇ ਉੱਤੇ ਪਹੁੰਚੋਗੇ ਕਿ ਉਹ ਪਰਮੇਸ਼ਵਰ ਜਿਹੜਾ ਯੁੱਗਾਂ ਯੁੱਗਾਂ ਤੋਂ ਕੰਮ ਕਰਦਾ ਰਿਹਾ ਉਹ ਲੁਕਿਆ ਹੀ ਰਿਹਾ ਹੈ ਹਲੇਲੂਇਆ ਯੁੱਗਾਂ ਯੁੱਗਾਂ ਤੋਂ ਕੰਮ ਕਰ ਰਿਹਾ ਆਮੇਨ ਔਰ ਉਹ ਲੁਕਿਆ ਹੀ ਰਿਹਾ ਹੈ ਆਮੇਨ ਹਲੇਲੂਇਆ ਹਲੇਲੂਇਆ ਔਰ ਉਹ ਪਰਮੇਸ਼ਵਰ ਜਿਹਨੇ ਧਰਤੀ ਬਣਾਈ ਆਕਾਸ਼ ਬਣਾਇਆ ਸੂਰਜ ਚੰਦ ਬਣਾਏ ਸਾਰੀ ਕਾਇਨਾਤ ਨੂੰ ਬਣਾਇਆ ਹਰ ਇੱਕ ਚੀਜ਼ ਨੂੰ ਬਣਾਇਆ ਹੈ ਔਰ ਹਰ ਇੱਕ ਚੀਜ਼ ਯਬੂਰਾਤ ਦੱਸਦਾ ਉਹਦੀ ਦਸਤਕਾਰੀ ਹੈ ਹਾਲੇਲੂਇਆ ਔਰ ਫਿਰ ਵੀ 6000 ਸਾਲਾਂ ਤੋਂ ਜ਼ਿਆਦਾ ਨੇ ਬਣਾਇਆ ਔਰ ਲੋਕਾਂ ਦਾ ਡੀਲ ਕਰ ਰਿਹਾ ਹੈ ਕੋਈ ਬੰਦਾ ਨਹੀਂ ਕਹਿ ਸਕਦਾ ਮੈਂ ਪਰਮੇਸ਼ਵਰ ਨੂੰ ਦੇਖਿਆ ਹਾਲੇਲੂਇਆ ਕਿਉਂਕਿ ਜਦ ਮੂਸਾ ਨੂੰ ਵੀ ਟੱਕਰਿਆ ਲੁਕਿਆ ਸੀ ਉਦੋਂ ਵੀ ਕਦੀ ਉਹਨੇ ਬਾਂਹ ਦੇਖੀ ਜਾਂ ਫਿਰ ਉਹਨੇ ਅੱਗ ਦੇਖੀ ਆ ਜਾਂ ਕਦੀ ਬੱਦਲ ਦੇਖ ਰਿਹਾ ਇਤਿਹਾਸ ਚ ਕੋਈ ਨਹੀਂ ਕਹਿ ਸਕਦਾ ਕਿ ਪਰਮੇਸ਼ਵਰ ਨੂੰ ਉਹਨੇ ਦੇਖਿਆ ਆਮੇਨ ਆਮੇਨ ਹਾਲੇਲੂਇਆ ਪੈਂਟਿਕਾਸਟਰ ਪਾਸਟਰ ਤੁਹਾਨੂੰ ਬਹੁਤ ਕਹਿਣਗੇ ਮੈਂ ਦੇਖਿਆ ਇੱਕ ਪਾਸਟਰ ਸਾਡੇ ਨਾਲ ਮੈਸੇਜ ਦਾ ਹੈ ਤੇ ਮੈਂ ਉਹ ਤੋਂ ਪਿੱਛੇ ਹਟ ਗਿਆ ਕਿਉਂਕਿ ਝੂਠ ਬਹੁਤ ਬੋਲਦਾ ਹੈ ਪਰ ਉਹਨੂੰ ਮੈਂ ਇਹ ਕਹਿ ਕੇ ਹਟਿਆ ਮੈਂ ਕਿਹਾ ਬ੍ਰਹਮਾਨੰਦ ਨੇ ਕਿਹਾ ਮੈਂ ਸ਼ਰਾਬੀਆਂ ਨਾਲ ਰਹਿ ਸਕਦਾ ਝੂਠ ਬੋਲਣ ਵਾਲਿਆਂ ਨੇ ਨਾਲ ਨਹੀਂ ਸ਼ਰਾਬੀ ਤਾਂ ਹੋਣੇ ਲੱਗ ਪਿਆ ਸ਼ਰਾਬੀ ਤਾਂ ਬਦਲ ਵੀ ਸਕਦਾ ਪਾਸਟਰ ਤੇ ਝੂਠ ਬਹੁਤ ਬੋਲਦਾ ਤੇ ਮੈਂ ਸ਼ਰਾਬੀਆਂ ਨਾਲ ਰਹੂੰਗਾ ਉਹ ਕਹਿੰਦਾ ਕਿ ਰੋਜ਼ ਯਿਸੂ ਮਸੀਹ ਦੇ ਨਾਲ ਮਿਲਦਾ ਰੋਜ਼ ਕਹਿੰਦਾ ਗੱਲਾਂ ਕਰਦਾ ਰਾਤ ਹੋਰ ਕੋਈ ਕੰਮ ਨਹੀਂ ਹੁੰਦਾ ਰੋਜ਼
पर मैं तो मान लिया, मैं क्या मेरी कभी उसके साथ मुलाकात नहीं हुई, मैं नीचे चुनौती ने ले तक देख लिया। बहुत बढ़िया, ठीक है, पर वो रोज देख रहा। आमीन। 6000 साल तू वो जिन्हें रचना की थी, जेदी सारी दस्तकारी है और सब चीजा उस दिया है। आमीन। उन्हें पुराने नेम च अपने आप नु लुकोई रखिया, और ब्रह्म ने क्या उदा महान लक्ष्य उदे दिमाग के सिखा कि अपने आप प्रकट करे, और नवे नेम जो परमेश्वर देता रही हो गया एक ही पर्पज लई, एक ही मकसद लई, ऐसे उद्देश्य लई कि मैं बड़ा लुकिया रहना जोगा, मैं अपने आप नु लोका दे और खोल दवा प्रकट करा। और जदो प्रकट करन लगा तो बाइबल ए कहंदी आ परमेश्वर दे कदे परमेश्वर किसी ने नहीं देखिया, इकलौता पुत्र जड़ा उदे गोद विच आ उने उनु प्रकट कीता। और मकसद यही आ कि प्रकट करे नवे नेम दे विच, और फिर लुक गया। यूहन्ना 1:18 आयत लिखा। आमीन। हालेलुया। यद कि ये पुत्र इसलिए आया, यीशु मसीह आया कि मैं पिता नु प्रकट करा, और पिता उदे च आ, पिता दे विच आ, आपे ही पिता है यशायाह दी किताब। आमीन। हालेलुया। और याद वो आ गया है अपने आप नु दिखाउण लई, पिता नु दिखाउण दे लई, ता पिता ने अपने आप नु मनुख दे विच लुको लिया। सच्चा जी। आमीन। आमें। एक मनुख दे विच लुको लिया, वो ध्यान नाल सुनियो, जिस मनुख दा नाम है यीशु। हालेलुया। हालेलुया। और वो यीशु जेदे चोने अपने आप नु लुकोया, बाइबल कहंदी आ उहदे बारे च यशायाह 52 बाप ओदी 14 ऐ दे विच, जिवें बहुते तेरे उते चर्च होए, ओदा मुखड़ा मनुखा नालों अते ओदा रूप आदम वंश नालों किन्ना बिगड़िया होया सी। यीशु मसीह बारे आता है, जिस बंदे चोडे लुकोया ओदा चेहरा सुणन, ओदा बिगड़िया होया। बहुत वधिया। आमीन। और फिर यशाया 53 दे विचो कहंदा आ, दो है ओ ता कुंभल वांगू ओदे अगे अते सुक्की धरती विचो जड़ वांगू फुट निकलिया, उसदा ना कोई रूप सी ना कोई स्वरूप सी, अते जद असी उस नु वेखिए ता कोई सोहपन नहीं कि असी ओनु पसंद करिए। आ या परमेश्वर। हां, ये है उहदा सुभाव। हालेलुया। हालेलुया। और जदू आया ना तो दा कोई रूप या ना कोई स्वरूप या, चेहरा बिगड़िया होया या। हालेलुया। और ये हो की रिया परमेश्वर अपने आप नु प्रकट कर रिया है। आमीन। और जदू आया ता लोका ने क्या उनु ता नथानिएल ने उस नु आख्या, भला नासरत विचों कोई उत्तम वस्तु निकल सकती है? और पैदा किते हो रहा नासरत दे विच, जिथे दा रिकॉर्ड आ कि ओदा रेपुटेशन बड़ा माड़ा है। बड़ा सच। ਸਾਡੇ ਇੱਥੇ ਪਿੰਡ ਹੋਣੇ ਆ, ਸਾਡੇ ਉਧਰ ਇੱਕ ਦੋ ਪਿੰਡ ਆ, ਉਹਦਾ ਦਾ ਇੰਨਾ ਰੈਪੂਟੇਸ਼ਨ ਮਾੜਾ ਕਿ ਕਿਆ ਸ਼ਾਦੀ ਵੀ ਨਹੀਂ ਕਰਨਾ ਚਾਹੁੰਦਾ ਨਾ। ਹਾਂ ਬਿਲਕੁਲ ਬਿਲਕੁਲ। ਇਹੀ ਨਾਸਰਤ ਦਾ ਹਾਲ ਆ। ਔਰ ਜਦੋਂ ਨਥਾਨੀਅਲ ਨੇ ਕਿਹਾ, ਆਮੇਨ, ਨਥਾਨੀਅਲ ਨੇ ਕਿਹਾ ਕਿ ਨਾਸਰਤ ਦੀ ਜੇ ਤੂੰ ਗੱਲ ਕਰ ਰਿਹਾ ਆ, ਆਮੇਨ, ਨਥਾਨੀਅਲ ਕਹਿ ਰਿਹਾ ਨਾਸਰਤ ਚ ਵੀ ਆ ਸਕਦਾ, ਉੱਥੇ ਚੰਗੀ ਚੀਜ਼ ਨਿਕਲ ਨਹੀਂ ਸਕਦੀ। ਆਮੇਨ। ਔਰ ਫਿਰ ਯੂਹੰਨਾ 7:52-53 ਦੂਜਾ ਕੰਮ ਇਹ ਕਿ ਉਹ ਗਲੀਲ ਦਾ ਹੈ। ਆਮੇਨ। ਔਰ ਉੱਥੇ ਲਿਖਿਆ ਯੂਹੰਨਾ 7:52-53, ਉਹਨਾਂ ਨੇ ਉਸ ਨੂੰ ਉੱਤਰ ਦਿੱਤਾ, ਭਲਾ ਤੂੰ ਵੀ ਗਲੀਲ ਤੋਂ ਹੈ? ਯਿਸੂ ਮਸੀਹ ਨੂੰ ਕਹਿ ਰਹੇ ਜਾਜਕ ਪਾਦਰੀ ਸਾਹਿਬ, ਭਲਾ ਤੂੰ ਵੀ ਗਲੀਲ ਤੋਂ ਹੈ? ਭਾਲ ਅਤੇ ਵੇਖ, ਜੋ ਗਲੀਲ ਵਿੱਚੋਂ ਕੋਈ ਨਬੀ ਨਹੀਂ ਉੱਠਦਾ। ਗਲੀਲ ਚੋਂ ਨਬੀ ਨਹੀਂ ਉੱਠ ਸਕਦਾ, ਨਾਸਰਤ ਜਿਹੜਾ ਆ ਉੱਥੋਂ ਨਹੀਂ ਉੱਠ ਸਕਦਾ। ਇਹ ਸਭ ਤੋਂ ਮਾੜੇ ਪਿੰਡ, ਸਭ ਤੋਂ ਮਾੜੇ ਸ਼ਹਿਰ, ਸਭ ਤੋਂ ਵੱਧ ਰੈਪੂਟੇਸ਼ਨ ਖਰਾਬ, ਜਿਹੜਾ ਤੁਹਾਡੇ ਪਿੰਡ ਦਾ ਹੈ। ਬਿਲਕੁਲ।
है ना। और परमेश्वर अपने आप नू उत्ते लुकोए हुए हालेलुया। और जदों लोह प्रगट हो गया धरती देवते आ गया आया हालेलुया ता लोका ने ए कोई विश्वास ही नहीं कर सकता कोई मन नहीं सकता कि परमेश्वर इहदे विच है। ब्रह्म नाम ने कहा जदों यीशु परमेश्वर अपने आप नू लुकोंदा आया देखो पहली गल मिलिया ओदा ही पिंड ही उन्हां दा माड़ा रेपुटेशन ही माड़ा दलील दा नासरत दा ओदा ही नहीं कहना बंदा चंगा नहीं आम भी बंदा जो उन्हूं लैण ते कहणगे कि बंदा उत्थे दा है आहो ठीक है रहन दियो आमीन। जिदा कई बारी पेंड आ जिदा कोठी माया दास कोई भी चक्करे तो जेमसी ने कवे तो ने पूछना पैना तो पास्टर ते नहीं ऐसी ला ना जैसे बहुत है उठे दा रेपुटेशन है विश्वास ही नहीं आमीन। ये विश्वास करना कि यीशु मसीह नबी आ बड़ा औखा सी पर तां भी परमेश्वर नासरत दे यीशु दे विच लुकिया आमीन। हैरानी दी और चंबे दी गल नहीं कि परमेश्वर जो अपने आप नू प्रगट करन लगा है वो परमेश्वर जो अपने आप नू खोलन लगा है धरती दे उत्ते आमीन वो लुकिया होया या फिर भी धन्यवाद देहधारी हो गया आदमी बन गया एदे बावजूद उत्थे ही आ लुकिया होया जिमे अज वो इत्थे ही आ पर ओदा पता नहीं लगना सही है जी काम भी हो जाना सब कुछ हो जाना दिमाग ठीक हो जाना साडी सोच ही इतनी घटिया आ कि आपा फेल हो जाने बेध्यान ना चल जाता पता नहीं लगता हालेलुया 4000 साल तो ਉਸ ਤੋਂ ਬਾਅਦ 2000 ਹੋਰ ਸਾਲ ਯਿਸੂ ਮਸੀਹ ਵਾਲੇ 6000 ਸਾਲਾਂ ਤੋਂ ਜਦ ਤੋਂ ਰਚਨਾ ਬਣੀ ਆ ਨਵਾਂ ਨੀਮ ਪੁਰਾਣਾ ਨੀਮ ਸਭ ਚੀਜ਼ਾਂ ਹਾਲੇਲੂਯਾ ਕਈ ਦੇਖਦੇ ਕਿ ਉਹ ਪਰਮੇਸ਼ਵਰ ਇੱਕ ਖਾਸ ਕੰਮ ਦੇ ਲਈ ਕਿ ਆਪਣੇ ਆਪ ਨੂੰ ਖੋਲੇ ਲੋਕਾਂ ਤੇ ਪ੍ਰਗਟ ਕਰੇ ਇਸੇ ਇੱਕ ਖਾਸ ਕੰਮ ਲਈ ਸਵਰਗ ਤੋਂ ਧਰਤੀ ਦੇ ਉੱਤੇ ਉਤਰ ਆਇਆ ताकि अपने आप प्रगट करे पर फिर एक बारी लुकिया ही होया है हालेलुया। और उन्हें अपने आप को एक आदमी च लुका लिया महिमा होवे परमेश्वर खुलदा आया एकदम लुक जांदा उसका तरीका है वो प्रगट हुंदा आया और ज्यों ही तुहानू पता लग गया क्या परमेश्वर है ना ही लुक जांदा ज्यादा देर नहीं रहता आप कुछ उदाहरण देखा कि बाइबल चौदह तरीका है आमीन आमीन। और वो इतने बढ़िया तरीके नाल अपने आप नु लुकोंदा आया कि कोई पहचान नहीं सकता पता नहीं लगता ओदा आमीन। पर परमेश्वर दा इस तरह दा सुभाव है उस सुभाव है अपने आप नु लुकोना आमीन आमीन हालेलुया। देखो असि जो भी कुछ काम करते हैं भावे अभी थोड़ी बहुत सेवा कर ली या कुछ देता किसी ने या दान लगा लो या कोई सेवा कि करा दी तो असि बहुत वे दिखावे चाहते हैं कि पता लग जाए कि मैं आ किया पता लग जाए मैं चर्च लिए हेल्प की थी, पता लग जाए कि मैं या वो किया हटना ही नहीं अगला ना कुछ दिता पिछले का छटना ही नहीं पर परमेश्वर जी भक्ति करते हैं दिखावे कदी ना करो ठीक है पता हो रहे हो ओनू पता हो परमेश्वर पता हो परमेश्वर जो महान परमेश्वर है वो कदे अपने दिखावे नहीं करता कमां दे
ਉਹ ਬਹੁਤ ਮਹਾਨ ਹੈ ਮਹਿਮਾ ਹੋਵੇ ਔਰ ਇੰਨਾ ਮਹਾਨ ਵੀ ਹੋਏ ਹੈ ਇਹਦੇ ਬਾਵਜੂਦ ਉਹ ਬਹੁਤ ਜ਼ਿਆਦਾ ਲੁਕਿਆ ਹੋਇਆ ਹੈ ਉਹ ਮਹਾਨ ਹੈ ਉਹ ਸਰਵ ਸ਼ਕਤੀਮਾਨ ਹੈ ਉਹ ਅਲੌਕਿਕ ਆ ਆਮੇਨ ਇਹਦੇ ਬਾਵਜੂਦ ਅਲੌਕਿਕ ਨੇ ਮਹਾਨ ਨੇ ਰਚਣਹਾਰੇ ਨੇ ਆਪਣੇ ਆਪ ਨੂੰ ਇੱਕ ਮਨੁੱਖ ਨਾਸਰਤ ਦੇ ਯਸੂ ਦੇ ਵਿੱਚ ਲੁਕੋ ਲਿਆ ਹਾਲੇਲੂਇਆ ਹਾਲੇਲੂਇਆ ਔਰ ਜਿਹਦੇ ਵਿੱਚ ਲੁਕੋਇਆ ਬਾਈਬਲ ਕਹਿੰਦੀ ਉਹਦਾ ਚਿਹਰਾ ਵਧੀਆ ਨਹੀਂ ਅਸੀਂ ਉਹਨੂੰ ਪਸੰਦ ਕਰੀਏ ਕੋਈ ਰੂਪ ਨਹੀਂ ਕੋਈ ਸਰੂਪ ਨਹੀਂ ਔਰ ਜਿਸ ਪਰਿਵਾਰ ਚ ਵੀ ਉਹ ਪੈਦਾ ਹੋਇਆ ਉਹ ਵੀ ਗਰੀਬ ਹੈ ਬਿਲਕੁਲ ਸੱਚ ਆਮ ਜਿਹਾ ਇੱਕ ਟੱਬਰ ਹੈ ਔਰ ਉਹ ਸਵੇਰੇ ਉੱਠਦਾ ਆ ਆਪਣੀ ਦੁਕਾਨ ਤੇ ਜਾਂਦਾ ਆ ਛੋਟੀ ਜੇ ਕੋਈ ਦੁਕਾਨ ਹੈ ਉਹਨਾਂ ਦੀ ਦਸਤਰਖਾਨਾ ਦੀ ਠੀਕ ਆ ਔਰ ਉੱਥੇ ਯਿਸੂ ਮਸੀਹ ਵੀ ਜਿੱਦਾਂ ਆਮ ਨਿਆਣੇ ਜਾਂਦੇ ਕੰਮ ਸਿੱਖਦਾ ਆ ਔਰ ਨਾਲ ਹੈਲਪ ਕਰਾਉਂਦਾ ਕੋਈ ਪਾਣੀ ਪਿਲਾਉਂਦਾ ਕੋਈ ਰੋਟੀ ਪਾਣੀ ਲੈ ਕੇ ਆਉਂਦਾ ਔਰ ਇੱਦਾਂ ਹੀ ਚੱਲਦਾ ਰਿਹਾ ਜਦ ਤੱਕ 30 ਸਾਲ ਦਾ ਨਹੀਂ ਹੋ ਗਿਆ ਆਮੇਨ ਇੱਕ ਆਮ ਬੰਦਾ ਆਪਣੇ ਮਾਂ ਬਾਪ ਦਾ ਕਹਿਣਾ ਮੰਨਦਾ ਔਰ ਕੰਮ ਕਾਰ ਕਰਾ ਰਿਹਾ ਆ ਸਭ ਕੁਛ ਕਰ ਰਿਹਾ ਆ ਹਾਲੇਲੂਇਆ ਹਾਲੇਲੂਇਆ ਕੌਣ ਸੋਚ ਸਕਦਾ ਸੀ ਕਿ ਸਰਵ ਸ਼ਕਤੀਮਾਨ ਉਹ ਮਹਾਨ ਪਰਮੇਸ਼ਰ ਇਸ ਮੁੰਡੇ ਚ ਇਸ ਆਦਮੀ ਚ ਦੇਹਧਾਰੀ ਹੋਇਆ ਆਮੇਨ ਆਮੇਨ ਸੱਚਾ ਜੀ ਹਾਲੇਲੂਇਆ ਹਾਲੇਲੂਇਆ ਇਹਦੇ ਵਿੱਚ ਉਹ ਅਨੰਤ ਪਰਮੇਸ਼ਰ ਨਿਵਾਸ ਕਰਿਆ ਵਾਸ ਕੀਤਾ ਹੋਇਆ ਹੈ ਹਾਲੇਲੂਇਆ ਹਾਲੇਲੂਇਆ ਪਰ ਇਸ ਤੋਂ ਬਾਅਦ 30 ਸਾਲ ਤੋਂ ਬਾਅਦ ਯਿਸੂ ਮਸੀਹ ਆਪਣੀ ਦੁਨੀਆ ਦੀ ਪਬਲਿਕ ਜੋ ਸੇਵਕਾਈ ਹੈ ਆਮ ਜਨਤਾ ਦੇ ਵਿੱਚ ਆਪੇ ਨਿਕਲਦਾ ਆ ਚਿੰਨ ਕਰਦਾ ਚਮਤਕਾਰ ਕਰਦਾ ਹੈ ਆਮੇਨ ਸਮਾਂ ਆਉਣ ਤੇ ਕੋਈ ਕੰਮ ਕਰਦਾ ਹੈ ਹਾਂਜੀ ਵੱਡਾ ਕੋਈ ਕੰਮ ਕਰਦਾ ਆ ਔਰ ਕੋਈ ਏਦਾਂ ਦਾ ਕੰਮ ਕਰਦਾ ਜੋ ਅਜੀਬ ਆ ਬੰਦਾ ਕਰ ਹੀ ਨਹੀਂ ਸਕਦਾ ਔਰ ਜਦੋਂ ਕੰਮ ਕਰਦਾ ਆ ਸਭ ਕੁਛ ਕਰਦਾ ਇਸ ਤੋਂ ਬਾਅਦ ਉਹ ਲੁਕ ਜਾਂਦਾ ਲੋਕੀ ਭੁਲੇਖ ਚ ਪੈ ਜਾਂਦੇ ਬੈਸਾ ਕਰ ਲੁਕ ਜਾਂਦਾ ਕੰਮ ਕਰਕੇ ਬਿਲਕੁਲ ਹਾਲੇਲੂਇਆ ਹਾਲੇਲੂਇਆ ਆਪਣੇ ਆਪ ਨੂੰ ਫਿਰ ਦੁਬਾਰਾ ਲੁਕੋ ਦੇ ਸੱਚਾ ਜੀ ਆਮੇਨ ਜੇ ਤੁਸੀਂ ਲਿਖਤਾਂ ਦਾ ਅਧਿਐਨ ਸਾਵਧਾਨੀ ਦੇ ਨਾਲ ਔਰ ਬੜੇ ਧਿਆਨ ਦੇ ਨਾਲ ਕਰੋ ਬਾਈਬਲ ਦੀਆਂ ਦਾ ਆਮੇਨ ਤਾਂ ਤੁਸੀਂ ਦੇਖੋਗੇ ਕਿ ਪਰਮੇਸ਼ਵਰ ਸ਼ੇਖੀ ਤੋਂ ਨਫ਼ਰਤ ਕਰਦਾ ਸੱਚ ਹੈ ਜੀ ਬਹੁਤ ਵਧੀਆ ਪਰਮੇਸ਼ਵਰ ਨੂੰ ਦਿਖਾਵੇ ਸ਼ੇਖੀਆਂ ਬਿਲਕੁਲ ਪਸੰਦ ਨਹੀਂ ਇਹਦਾ ਸੁਭਾਅ ਆ ਭੌਤਾਂ ਚ ਜਾਂ ਬਾਈਬਲ ਚ ਵੀ ਸਾਨੂੰ ਜਗ੍ਹਾ ਜਗ੍ਹਾ ਲੱਭਦਾ ਆ ਔਰ ਜਿਹੜੇ ਇੱਥੋਂ ਤੱਕ ਕਿ ਜਿਹੜਾ ਅੰਤ ਆ ਔਰ ਬਾਈਬਲ ਚ ਲਿਖਿਆ ਯਹੋਵਾ ਦਾ ਦਿਨ ਆ ਰਿਹਾ ਭੈਦਾ ਇੱਕ ਦਿਨ ਆ ਰਿਹਾ ਬਾਰ ਬਾਰ ਤੁਸੀਂ ਇਹਨੂੰ ਹੋਸ਼ਿਆ ਚ ਪਾ ਲਓ ਜੁਏਲ ਚ ਪਾ ਲਓ ਹਬਕੂਕ ਚ ਪਾ ਲਓ ਮਲਾਕੀ ਸਭ ਜਗ੍ਹਾ ਇਹ ਲਿਖਿਆ ਕਿ ਉਹ ਆ ਰਿਹਾ ਤਾਂ ਕਿ ਉੱਚੀਆਂ ਅੱਖਾਂ ਨੂੰ ਨੀਵਾ ਕਰੇ ਆਕੜ ਬਾਜ਼ਾਂ ਨੂੰ ਨੀਵਾ ਕਰੇ ਉਹਨਾਂ ਦੁਸ਼ਟ ਪਿਆਰ ਨੂੰ ਉਠਾ ਕਰੇ ਯਾਨੀ ਉਹ ਤਾਂ ਸਾਦਗੀ ਦਾ ਪਰਮੇਸ਼ਵਰ ਆ ਉਹ ਕੰਮ ਹੀ ਇਸ ਲਈ ਆ ਰਿਹਾ ਹਾਂਜੀ ਆਮੀਨ ਹਾਲੇਲੂਇਆ ਹਾਲੇਲੂਇਆ ਤਾਂ ਕਿ ਜੋ ਆਕੜ ਬਾਜ਼ਾਂ ਉੱਚਾ ਕਰਦੇ ਆਪਣੇ ਆਪ ਨੂੰ ਜੋ ਸ਼ੇਖੀਆਂ ਮਾਰਦੇ ਪਰਮੇਸ਼ਵਰ ਉਹਨਾਂ ਦੇ ਨਾਲ ਬਿਲਕੁਲ ਨਹੀਂ ਹੈ ਮਹਿਮਾ ਹੋਵੇ ਆਮੀਨ ਪਰਮੇਸ਼ਵਰ ਸ਼ੇਖੀਆਂ ਮਾਰਨ ਵਾਲਾ ਪਰਮੇਸ਼ਵਰ ਨਹੀਂ ਹੈ ਅੱਛਾ ਜੀ ਬਹੁਤ ਵਧੀਆ ਬਹੁਤ ਉਹ ਪਸੰਦ ਕਰਦਾ ਹੈ ਕਿ ਗੁਪਤ ਤੌਰ ਤੇ ਕੰਮ ਕਰੇ ਆਮੀਨ ਮੈਂ ਬਜਾਏ ਇਹਦੇ ਕਿ ਖੁੱਲੇ ਕੰਮ ਕਰੇ ਮੈਂ ਇਹਲੇ ਜਿੰਨੇ ਨਰੂਲੇ ਆ ਜਿੰਨੇ ਫਰੂਲੇ ਆ ਬਲਜੀਤ ਆ ਜਿੰਨੇ ਬਜਿੰਦਰ ਆ ਔਰ ਜਿੰਨੇ ਵੀ ਦੂਜੇ ਆ ਰੋਲਾ ਔਰ ਵੀਡੀਓ ਆ ਹੋ ਗਿਆ ਉਹ ਡਿੱਗ ਪਿਆ ਤੇਲ ਵਿਕ ਗਿਆ ਇਹਨਾਂ ਇਹ ਸਾਰਾ ਝੂਠਿਆ ਫਰੋਡਿਆ ਪਰਮੇਸ਼ਰ ਦਾ ਸੁਭਾਅ ਜਰਾ ਵੀ ਉੱਤੇ ਹੈ ਨਹੀਂ ਆਮੀਨ ਪਰਮੇਸ਼ਵਰ ਹੀ ਕੰਮ ਨਹੀਂ ਕਰਦਾ ਇਹ ਤੇ ਪਿੰਡ ਚ ਬੜੇ ਉੱਥੇ ਵੀ ਬੋਰਡ ਲੱਗਾ ਸ਼ੁਭ ਸਮਾਚਾਰ ਦਾ ਨਰੂਲੇ ਵਾਹਿਗੁਰੂ ਔਰ ਉਹਦਾ ਕੀ ਆ ਇੰਨਾ ਰੌਲਾ ਇੰਨਾ ਸਭ ਪਰਮੇਸ਼ਵਰ ਤਾਂ ਇਹ ਕੰਮ ਕਰਦਾ ਹੀ ਨਹੀਂ ਉਹ ਲੁਕਿਆ ਰਹਿੰਦਾ ਆ ਕੰਮ ਕਰਦਾ ਆ ਲੁਕ ਜਾਂਦਾ ਹੈ ਔਰ ਕਿਸੇ ਨੂੰ ਪਤਾ ਲੱਗਦਾ ਜਿੱਦਾਂ ਅਧਰੰਗੀ ਨੂੰ ਠੀਕ ਕਰਕੇ ਲੁਕਿਆ ਉਹਨੂੰ ਆਪ ਨੀ ਪਤਾ ਉਹਨੂੰ ਨੀ ਪਤਾ ਲੱਗਾ ਵੀ ਉਹਨੂੰ ਕਰਕੇ ਕਿਉਂ ਗਿਆ ਉਹਨੂੰ ਨੀ ਪਤਾ ਕਿ ਕੌਣ ਕਰ ਗਿਆ ਪਰਮੇਸ਼ਵਰ ਬਦਲਦਾ ਨਹੀਂ ਆਮੇਨ ਹਾਲੇਲੂਇਆ ਹਾਲੇਲੂਇਆ ਪਰਮੇਸ਼ਵਰ ਉਹਨੇ ਰਚਨਾ ਕੀਤੀ ਦੁਨੀਆ ਨੇ ਧਰਤੀ ਬਣਾਈ ਸੂਰਜ ਬਣਾਇਆ ਚੰਦ ਬਣਾਇਆ ਪੇੜ ਪੌਦੇ ਬਣਾਏ ਸਭ ਕੁਛ ਬਣਾਇਆ ਔਰ ਸਭ ਕੁਛ ਬਣਾ ਕੇ ਇਹਦੇ ਵਿੱਚ ਲੁਕ ਗਿਆ ਔਰ ਸਾਨੂੰ ਪਤਾ ਨਹੀਂ ਲੱਗਦਾ ਕਿੱਥੇ ਆਮੇਨ ਸੱਚ ਹੈ ਆਮੇਨ ਹਾਲੇਲੂਇਆ ਸਾਨੂੰ ਪਤਾ ਨਹੀਂ ਲੱਗਦਾ ਕਿੱਥੇ ਲੱਗ ਗਏ ਹਾਂਜੀ ਹਾਂਜੀ ਇਹ ਸਾਰੇ ਨੂੰ ਬਣਾ ਕੇ ਇਹਦੇ ਵਿੱਚ ਲੁਕ ਗਿਆ ਹਾਂਜੀ ਧੰਨਵਾਦ ਇਹ ਹੈ ਸਾਡਾ ਯਿਸੂ ਮਸੀਹ ਮਹਿਮਾ ਹੋਵੇ
कोई शेखी नहीं, कोई रौले नहीं, कोई स्पीकर नहीं, कोई तुरिया नहीं, कोई बाजे नहीं, कोई रौले नहीं। आमीन। उन्हें अपने रहन का स्थान आदमी नु बना लिया। आमीन। और वो बंद जेनु आदमी नु बनाया, वो आदमी का लोगों नु पता ही नहीं, और वह आदमी का इना नहीं पता कि वो आम जहा बंदा गरीब जहा परिवार ते दुकान ते उते जांदा या ते उते नासले दे विच अपना काम धंधा करदा या परमेश्वर नू क्या बैठा। आमीन। कोई भी आदमी जदों उस आदमी नू मिलूगा दुकान वाले नू 30 साल दे नू। आमीन। और जे पहली बारी मिलूगा ओनू लगूगा कि आम ते दा सारे बंदे इदां दे मुंडड़ू जी आ। जदों दूजी बारी मिलूगा तो ओनू लगूगा कि अकलमंद, इनू काफी इंटेलिजेंट आ। हां हां। दूजी बारी इनक पता लगूगा कि बाकियां ए अकल आ ज्यादा वखरा आ। आमीन। जे कोई तीजी बारी मिलूगा फिर भावे सोच सके कि नबी लगता है ना, नबी लगता क्योंकि है। आमीन। जे उस तो बाद भी कोई ज्यादा मिले वो फिर कह सकता है कि नबी तो भी बद के। आमीन। पर ये पता लाना कि असल है कौन ये मुश्किल है। आमीन। सब चीज उथे यही तो चक्कर पे आ रहा, कौन है कौन है। मरण तक भी पिलातुस ने पूछा भी सच सच दस गल की। आमीन। गल की असल दे विच ओ है कौन या एदा पता लाना औखा या। एतू तक की चेले भी साढ़े 3 साल ओदे नाल रहे, कठे सोंदे रहे, कठे खांदे रहे, रातां नू भी नाल, दिने भी नाल, हर वेले नाल। और इस सच्चाई ते नहीं पहुंचे असल च है कौन। सही गल है, बिल्कुल। हालेलुया। बहुत ये सानू यही दसदा है कि परमेश्वर लगातार अपने आप नू लुको के रखदा, काम भी करी जांदा। सही बात। आमीन। और जो काम करदा फिर लुकदा। हां जी हां जी हां जी। हालेलुया हालेलुया। थोड़ी देर लई हुंदा है, अपने काम नू करदा है और फिर अपने आप नू लुको लैंदा है। रूप बदल जान वाले पहाड़ दे उत्ते उन्हें पतरस यकूब यूहन्ना नू लिया और ऊपर चले गए। उते मूसा भी आया, एलिया भी आया और यीशु मसीह प्रकट हो गया। हालेलुया। और वो सारे नु उते चेलियां नु दिखाई दिता और उन्हें पता लग गया कि कौन है। और उन्हें उन्होंने क्या बाद विच भी इदा आया किसी नु नहीं। हालेलुया। थले जाके गल नहीं करनी किसी के नाल भी जो कुछ भी होया है। हालेलुया। आमीन। उन्हें प्रकट किया नाल ही फिर लुका लिया। वो खुद काम नु करता है फिर लुक जाता है। और अही काम करते हैं ये कहने की लुकिए ना हुण हुण पता लग सारिया नु ते देखो मैं। आमीन। मसीहत सारी दुनिया च फैली और सब तो वध है और मसीहत दा जो परमेश्वर जिन्हों मानते हैं वो लुकिया है। धन्यवाद। और यही सब तो वध फैलिया है। धन्यवाद। आमीन। ये तो बात कोई नहीं मसीहत तो बात पहले पिंड पिंड शायद हुण देख लो अज भी। और उदा परमेश्वर जेड़ा है वो लुक के काम कर रहा है, छुप के काम कर रहा है। इसलिए मसीहत दिखावे वाला जीवन नहीं है। बिल्कुल। आमीन। मसीही जीवन का एक अजिहा जीवन है जो परमेश्वर का जीवन तो ही जीते हैं। हालेलुया। भाईओ भैनों ये तुहानू गल हैरान नहीं करती कि जदो पूछा जावे। आमीन। सुनो तुम भी सुन लो, खराब ना करो साडी संगति। हालेलुया हालेलुया। भाइयो भैणो की गल तुहानू हैरान नहीं करदी जदो कोई तुहानू पूछे कि यीशु मसीह नू प्यार करदे ते कहने हां मैं करदा। आमीन। ते यीशु मसीह दे विश्वास करदे ते कहने हां मैं करदा। आमीन। और जे कोई मूर्ति पूजक जा प्राय जाता था जा कोई भी तन पूछ लवे कि यीशु मसीह जी सेवा कर दे जो प्यार करते हो और कोई सवाल खड़ा करे कि तुसी यीशु मसीह नु देखिया नहीं नहीं ना। और इदां दे सवाल कई बार साडे दिल च आउंदे कि अहीं प्रभु नु देखिया ही नहीं या प्रभु है कपिया जा नहीं भी आ। ठीक है, क्योंकि वो इतनी सादगी च आ, इतनी हौली और निम्मी आवाज आ जो साडे अंदर काम कर रही। सानू खुद कई बारी
ਲੱਗਦਾ ਜਿਹੜਾ ਨਵਾਂ ਬੰਦਾ ਉਹਦੇ ਲਈ ਮੈਂ ਕਹਿ ਰਿਹਾ ਨਵੇਂ ਬੰਦੇ ਨੂੰ ਕੋਈ ਲੱਗਦਾ ਕਿ ਕਿਤੇ ਮੈਂ ਭੁਲੇਖੇ ਚ ਨੀ ਕਿਤੇ ਪਾਸਟਰ ਨੇ ਤੇ ਮੈਨੂੰ ਬਰਕਲ ਆਇਆ ਕਿਤੇ ਉਦਾਂ ਇਤਨੇ ਵੀ ਮੈਂਬਰ ਵਧਾਉਣ ਨੂੰ ਵਾਪਸ ਹਨਾ ਵੈਸੇ ਇਤਨੇ ਰਲਾ ਰਹੇ ਮੈਨੂੰ ਜਾਂ ਪਰਮੇਸ਼ਵਰ ਹੈਗਾ ਵੀ ਆ ਜਾਂ ਨਹੀਂ ਹਨਾ ਤਾਂ ਏਦਾਂ ਦੇ ਵਿਚਾਰ ਜਿਹੜੇ ਉੱਠਦੇ ਆ ਸਕਦੇ ਆ ਨਵਿਆਂ ਦੇ ਹਾਲੇਲੂਇਆ ਮੇਰੇ ਵੱਲ ਨੂੰ ਦੇਖੋ ਸਾਰੇ ਮੈਂ ਤਾਂ ਦਿਸਦਾ ਆ ਹਾਂਜੀ ਹਾਂਜੀ ਆਮੇ ਫਿਰ ਦੇਖਦੇ ਭੈਣਾ ਆਮੇ ਸ਼ੱਕ ਆ ਸਕਦੀ ਹੈ ਪਰ ਬਿਲਕੁਲ ਸ਼ੱਕ ਨਹੀਂ ਕਰਨੀ ਜੋ ਗੁੱਪ ਚ ਚੁੱਪ ਚਾਪ ਹੌਲੀ ਹੌਲੀ ਕੰਮ ਹੋ ਰਿਹਾ ਉਹ ਬੜਾ ਸ਼ਕਤੀਸ਼ਾਲੀ ਕੰਮ ਆ ਕਿਉਂਕਿ ਉਹਦਾ ਤਰੀਕਾ ਹੀ ਇਹ ਆ ਕੰਮ ਕਰਨ ਦਾ ਹਾਲੇਲੂਇਆ ਹਾਲੇਲੂਇਆ ਉਹ ਵਿਚੋਲ ਕੀ ਕਰਦਾ ਉਹ ਪਵਿੱਤਰ ਆਤਮਾ ਆ ਉਹ ਮੁਕਤੀਦਾਤਾ ਹੈ ਉਹ ਰਚਣਹਾਰਾ ਆ ਉਹ ਸਭ ਕੁਛ ਆ ਸਾਡਾ ਆਮੇ ਔਰ ਇਸ ਜੀਵਨ ਦਾ ਜੋ ਸਾਨੂੰ ਇਹ ਬਾਹਰਲਾ ਹਿੱਸਾ ਆ ਬਾਹਰਲੇ ਹਿੱਸੇ ਚ ਵਿਚਾਰ ਆ ਸਕਦੇ ਤਰਕ ਆ ਸਕਦੇ ਹਨ ਕਿਉਂਕਿ ਇਹ ਕੰਮ ਇੰਨਾ ਗੁਪਤ ਵਿੱਚ ਆ ਬਾਹਰਲੇ ਰੂਪ ਨਹੀਂ ਪਤਾ ਲੱਗਦਾ ਸਾਡੇ ਸਰੀਰ ਨੂੰ ਵੀ ਇਸ ਲਈ ਜਦੋਂ ਸਰੀਰ ਗੜਬੜ ਚ ਪੈਂਦਾ ਜਦੋਂ ਸਰੀਰ ਚ ਵਿਚਾਰ ਵਟਾਂਦਰੇ ਆਉਂਦੇ ਆ ਜੋ ਅੰਦਰਲਾ ਹੈ ਜਦੋਂ ਬਾਹਰਲਾ ਸ਼ੱਕ ਕਰਨ ਲੱਗਾ ਲੱਗਦਾ ਅੰਦਰਲਾ ਪ੍ਰਾਰਥਨਾ ਚ ਜਾਂਦਾ ਹੈ ਅੰਦਰ ਪਵਿੱਤਰ ਆਤਮਾ ਕੰਮ ਕਰਦਾ ਹੈ ਇਹਨੇ ਪਰਮੇਸ਼ਵਰ ਦੀ ਸਾਦਾ ਨਮਰ ਔਰ ਨਿੰਮੀ ਹੋਈ ਆਵਾਜ਼ ਨੂੰ ਸਦਾ ਸੁਣਨਾ ਹੈ ਉਹ ਤੋਂ ਕਦੇ ਵੀ ਖੁੰਝਣਾ ਨਹੀਂ ਹੈ ਹਾਲੇਲੂਇਆ ਆਮੇਨ ਪਰਮੇਸ਼ਵਰ ਦੇ ਜੋ ਅਸੀਂ ਬੱਚੇ ਆ ਬੱਚੀਆਂ ਹੈ ਆਮੇਨ ਸਦਾ ਹੀ ਯਾਦ ਰੱਖੋ ਕਿ ਪਰਮੇਸ਼ਵਰ ਦਾ ਸਾਡੇ ਜੀਵਨਾਂ ਦੇ ਅੰਦਰ ਜੋ ਕੰਮ ਹੈ ਉਹ ਕੰਮ ਪਰਮੇਸ਼ਵਰ ਉਸ ਸੁਭਾਵ ਦੇ ਨਾਲ ਉਸ ਨੇਚਰ ਦੇ ਨਾਲ ਕਰਦਾ ਜੋ ਉਹਦੀ ਨੇਚਰ ਆ ਜੋ ਉਹਦਾ ਸੁਭਾਵ ਆ ਉਸ ਸੁਭਾਅ ਦੇ ਨਾਲ ਸਾਡੇ ਅੰਦਰ ਕੰਮ ਆ ਆਮੇਨ ਔਰ ਉਹਦਾ ਸੁਭਾਅ ਇਹ ਆ ਹਾਲੇਲੂਇਆ ਕਿ ਉਹ ਦਿਖਾਵੇ ਜਾਂ ਵੱਡੇ ਵੱਡੇ ਰੋਲੇ ਰੱਪੇ ਜਾਂ ਬਹੁਤ ਵੱਡੇ ਜੋ ਹੁੰਦੇ ਆ ਸ਼ੋਰ ਸ਼ਰਾਬੇ ਨੱਚਣੇ ਟੱਪਣੇ ਇਹਨਾਂ ਚ ਕਿਤੇ ਵੀ ਨਹੀਂ ਹੁੰਦਾ ਹਾਲੇਲੂਇਆ ਉਹਦਾ ਸੁਭਾਅ ਉਹਦਾ ਏਦਾਂ ਦਾ ਕਿ ਆਪਣੇ ਆਪ ਨੂੰ ਲੁਕੋ ਕੇ ਕੰਮ ਕਰੇ ਆਮੇਨ ਦੇਖੋ ਕੱਲੂ ਗਿਆ ਆ ਪਰ ਬਹੁਤ ਜ਼ਿਆਦਾ ਕਿਰਿਆਸ਼ੀਲ ਆ ਇਹਨੂੰ ਸਮਝਿਓ ਹਾਲੇਲੂਇਆ ਹਾਲੇਲੂਇਆ ਇੱਕ ਬੰਦਾ ਲੁਕਿਆ ਕੁਛ ਵੀ ਨਹੀਂ ਕਰਦਾ ਇਹ ਉਦਾਂ ਨਹੀਂ ਆ ਪਰਮੇਸ਼ਵਰ ਜੋ ਸਾਡਾ ਲੁਕਿਆ ਆ ਪਰ 24 ਘੰਟੇ ਕੰਮ ਚ ਲੱਗਾ ਜਿਹੜੀ ਬਹੁਤ ਜ਼ਿਆਦਾ ਐਕਟਿਵ ਆ ਬਹੁਤ ਜ਼ਿਆਦਾ ਕਿਰਿਆਸ਼ੀਲ ਆ ਹਾਲੇਲੂਇਆ ਹਾਲੇਲੂਇਆ ਇਸ ਵਕਤ ਵੀ ਉਹ ਸਾਡੇ ਸਭ ਦੇ ਵਿੱਚ ਇੱਥੇ ਲੁਕਿਆ ਹੋਇਆ ਆ ਔਰ ਕਿਰਿਆਸ਼ੀਲ ਆ ਆਮੇਨ ਇਹਦੇ ਬਾਵਜੂਦ ਸਾਨੂੰ ਬਾਹਰਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਉਹ ਕਰ ਕੀ ਰਿਹਾ ਉਹ ਕੀ ਰਿਹਾ ਆਮੇਨ ਕਿਉਂਕਿ ਉਹਦਾ ਤਰੀਕਾ ਆ ਸਮਝ ਲੱਗ ਗਈ ਆਮੇਨ ਹਾਲੇਲੂਇਆ ਹਾਲੇਲੂਇਆ ਉਹ ਜਿਉਂ ਹੀ ਸਾਨੂੰ ਪਤਾ ਲੱਗਾ ਕਿ ਹਾਂ ਪਰਮੇਸ਼ਰ ਕੰਮ ਕਰਦਾ ਆ ਤਾਂ ਪਤਾ ਲੱਗਾ ਕਿ ਹਾਂ ਪਰਮੇਸ਼ਰ ਦੀ ਹਜ਼ੂਰੀ ਆ ਉਹ ਕੰਮ ਉਦਾਂ ਹੀ ਹੋ ਜਾਣਾ ਔਰ ਉਹਨੇ ਫਿਰ ਰੁਕ ਜਾਣਾ ਕੰਮ ਹੋ ਜਾਣਾ ਉਦਾਂ ਹੀ ਆਮੇਨ ਆਮੇਨ ਇਸ ਲਈ ਦੇਖੋ ਜਦੋਂ ਪਾਣੀ 'ਚ ਵੀ ਜਾਂਦੇ ਜਿਹੜੇ ਅਦਰਕ ਜੀ ਦੀ ਗੱਲ ਕੀਤੀ ਉਹ ਬੰਦਾ ਇੰਨਾ ਜ਼ਿਆਦਾ ਚੇਤੰਨ ਚਾਹੀਦਾ ਕਿ ਉਹਨੂੰ ਪਤਾ ਲੱਗੇ ਹਜ਼ੂਰੀ ਆ ਗਈ ਕੰਮ ਕਰਕੇ ਫਿਰ ਵੀ ਪਤਾ ਲੱਗਦਾ ਹੈਨਾ ਜਦੋਂ ਠੀਕ ਹੋ ਜਾਂਦੇ ਸੀਗੇ ਸਦਾ ਉਹਦਾ ਇਹੀ ਕੰਮ ਰਿਹਾ ਆ ਆਮੇਨ ਮਤਲਬ ਜਦੋਂ ਬੰਦੇ ਨੂੰ ਪਤਾ ਲੱਗ ਗਿਆ ਕਿ ਹਾਂ ਪ੍ਰਭੂ ਇੱਥੇ ਹਾਜ਼ਰ ਆ ਤੁਹਾਨੂੰ ਪਤਾ ਲੱਗਾ ਨਹੀਂ ਟੀਕਾ ਟਿੱਪਣੀ ਸ਼ੁਰੂ ਨਹੀਂ ਹੋਈ ਜੋ ਤੁਹਾਨੂੰ ਪਤਾ ਲੱਗਾ ਲੁਕ ਜਾਣ ਨਾਲ ਬਾਬੇ ਨੇ ਪਤਾ ਲਾਉਣਾ ਹੁੰਦਾ ਕਿ ਹਾਂ ਮੈਂ ਉਹਨੂੰ ਜਿਹੜਾ ਵਿਸ਼ਵਾਸੀ ਹੈ ਉਸ ਤੋਂ ਬਾਅਦ ਉਹ ਤੇ ਫਿਰ ਲੁਕ ਜਾਂਦਾ ਆਮੇਨ ਉਹ ਹੌਲੀ 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 ਆਪਣੇ ਕੰਮਾਂ ਦੇ ਰਾਹੀਂ ਆਪਣੇ ਆਪ ਨੂੰ ਖੋਲਦਾ ਪ੍ਰਗਟ ਕਰਦਾ ਆ ਆਮੇਨ ਆਮੇਨ ਹਾਲੇਲੂਇਆ ਹਾਲੇਲੂਇਆ ਔਰ ਜਦੋਂ ਹੀ ਉਹਦਾ ਪਤਾ ਲੱਗ ਜਾਂਦਾ ਆ ਦੇਖੋ ਚੇਲੇ ਉਹਦੇ ਨਾਲ ਜੱਫੀਆਂ ਪਾਉਂਦੇ ਉਹਦੇ ਨਾਲ ਰਹਿੰਦੇ ਔਰ ਇੱਕ ਜਦ ਵੀ ਪ੍ਰਭੂ ਯਿਸੂ ਮਸੀਹ ਬੈਠਦਾ ਸੀ ਤਾਂ ਯਿਸੂ ਮਸੀਹ ਦੇ ਨਾਲ ਉਹਦੀ ਛਾਤੀ ਦੇ ਉੱਤੇ ਧਾਸਣਾ ਲਾ ਕੇ ਬੈਠਦਾ ਆਮੇਨ ਆਮੇਨ ਠੀਕ ਹੈ ਨਾ ਆਮੇਨ
ਉਹਨਾਂ ਨੂੰ ਇਦਾਂ ਲੱਗਾ ਕਿ ਹੁਣ ਤਾਂ ਇਹ ਨਾਲ ਹੀ ਰਹਿੰਦੇ ਆ, ਕੱਚੇ ਹੀ ਖਾਈਦਾ, ਇਹਦੀ ਆਦਤ ਇੱਦਾਂ ਦੀ ਜਾਂ ਉਦਾਂ ਦੀ ਆ। ਆਮੀਨ। ਯੋਹਨਾ ਨੇ ਇੱਥੇ ਵੇਚਣਾ ਆ ਜੋ ਵੀ ਆ ਸਾਰਾ ਕੁਛ। ਉਹਨਾਂ ਨੂੰ ਇੱਦਾਂ ਪਤਾ ਲੱਗਾ ਕਿ ਸਾਰਾ ਕੁਛ ਉਹਨਾਂ ਨੂੰ ਪਤਾ ਲੱਗ ਗਿਆ ਆ। ਉਹਨਾਂ ਨੂੰ ਇੱਦਾਂ ਪਤਾ ਲੱਗਾ, ਆਪਣੇ ਆਪ ਨੂੰ ਸਮਝਿਆ ਕਿ ਪ੍ਰਭੂ ਯਿਸੂ ਮਸੀਹ ਬਾਰੇ ਸਾਰਾ ਕੁਛ ਜਾਣ ਗਏ ਆ, ਕਿਉਂਕਿ ਇਕੱਠੇ ਤਾਂ ਰਹਿੰਦੇ ਆ, ਸਾਢੇ 3 ਸਾਲ ਹੋ ਗਏ। ਆਮੀਨ। ਪਰ ਉਹਨੂੰ ਨਹੀਂ ਜਾਣਿਆ ਉਹਨੂੰ ਕਿਆ ਹੋਇਆ ਸੀ। ਆਮੀਨ। ਆਮੀਨ। ਉਹਨਾਂ ਨੂੰ ਉਹਦੇ ਬਾਰੇ ਨਹੀਂ ਪਤਾ ਸੀ ਪੂਰੀ ਤਰ੍ਹਾਂ। ਕਹਿੰਦੇ ਜਾਣ ਗਏ ਸੀ ਉਹਨੂੰ। ਆਮੀਨ। ਕਹਿੰਦੇ ਸਾਰਾ ਕੁਛ ਪਤਾ ਲੱਗ ਗਿਆ। ਜਦੋਂ ਇਹ ਕਹਿਣ ਲੱਗ ਗਿਆ ਵੀ ਪਤਾ ਲੱਗ ਗਿਆ, ਜਦੋਂ ਕਹਿੰਦੇ ਕਿ ਇਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਹੋ ਗਈ, ਉਦੋਂ ਹੀ ਉਹਨੇ ਕਿਹਾ ਕਿ ਮੇਰਾ ਜਾਣਾ ਹੀ ਚੰਗਾ, ਹੁਣ ਮੇਰਾ ਜਾਣਾ ਹੀ ਉਹਨੇ ਕਿਹਾ ਚੰਗਾ ਆ। ਉਹ ਫਿਰ ਚੱਕਰ ਪੈ ਗਿਆ ਕਹਿੰਦਾ, ਉਹ ਕਹਿੰਦੇ ਨਹੀਂ ਨਹੀਂ ਏਦਾਂ ਨੀ ਹੋਣੀ ਚਾਹੀਦੀ ਸਰ। ਉਹਨੇ ਕਿਹਾ ਜਦ ਤੱਕ ਮੈਂ ਨੀ ਜਾਂਦਾ ਸਹਾਇਕ ਨਹੀਂ, ਕਿਉਂਕਿ ਉਹ ਹੀ ਜਾ ਰਿਹਾ। ਉਹਨੇ ਕਿਹਾ ਥੋੜੀ ਦੇਰ ਤੋਂ ਬਾਅਦ ਇਹ ਦੁਨੀਆ ਮੈਨੂੰ ਫੇਰ ਨਹੀਂ ਵੇਖੇਗੀ, ਹਾਲੇਲੂਯਾ, ਤੁਸੀਂ ਮੈਨੂੰ ਵੇਖੋਗੇ, ਮੈਂ ਤੁਹਾਡੇ ਨਾਲ ਹੋਵਾਂਗਾ, ਸਗੋਂ ਮੈਂ ਤੁਹਾਡੇ ਵਿੱਚ ਹੋਵਾਂਗਾ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਉਹ ਕਹਿ ਰਿਹਾ ਮੇਰਾ ਜਾਣਾ ਚੰਗਾ, ਮੈਂ ਹੀ ਜਾ ਰਿਹਾ ਹਾਂ ਔਰ ਮੈਂ ਹੀ ਵਾਪਸ ਆ ਰਿਹਾ ਹਾਂ। ਇਹ ਦੁਨੀਆ ਨਹੀਂ ਮੈਨੂੰ ਦੇਖੇਗੀ ਪਰ ਤੁਸੀਂ ਮੈਨੂੰ ਦੇਖੋਗੇ, ਕਿਉਂਕਿ ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ। ਹਾਲੇਲੂਯਾ, ਹਾਲੇਲੂਯਾ, ਮਹਿਮਾ ਹੋਵੇ। ਕੀ ਹੋ ਗਿਆ? ਆਮੀਨ। ਚਲ ਗਿਆ। ਕੀ ਹੋ ਆਇਆ? ਆਇਆ, ਆ ਗਿਆ। ਪਤਾ ਕਿਹਨੇ ਆਣ ਸਕਿਆ? ਹਾਲੇਲੂਯਾ, 120 ਨੂੰ। ਆਮੀਨ। ਆਮੀਨ। ਜਦ ਉਹ ਉਹਨਾਂ ਨੂੰ ਛੱਡ ਕੇ ਚਲਾ ਗਿਆ, ਉਹ ਉਹਨੂੰ ਜਾਣਦੇ ਸੀਗੇ। ਧੰਨਵਾਦ। ਵੀ ਸਾਨੂੰ ਪਤਾ ਲੱਗ ਗਿਆ ਇਹਦਾ। ਹਾਲੇਲੂਯਾ, ਹਾਲੇਲੂਯਾ। ਔਰ ਉਹ ਹੀ ਫੇਰ ਦੁਬਾਰਾ ਆ ਗਿਆ। ਹਾਲੇਲੂਯਾ। ਔਰ ਉਹ ਤੁਹਾਨੂੰ ਜਾਣੇ। ਆਮੀਨ। ਉਹਨੇ ਕੰਮ ਕੀਤਾ, ਲੁਕ ਗਿਆ। ਹਾਲੇਲੂਯਾ, ਹਾਲੇਲੂਯਾ। ਇਹ ਹੈਰਾਨੀ ਦੀ ਗੱਲ ਨਹੀਂ, ਬਿਲਕੁਲ ਬਿਲਕੁਲ। ਇਹ ਹੈਰਾਨ ਕਰਨ ਵਾਲਾ ਨਹੀਂ, ਹੈਰਾਨ ਕਰਨ ਵਾਲਾ ਨੀ। ਉਹਨੇ ਕੰਮ ਕੀਤਾ ਔਰ ਮਰ ਗਿਆ ਔਰ ਮੁਰਦਿਆਂ ਚੋਂ ਜੀ ਉੱਠਿਆ, ਔਰ ਉਹਨੂੰ ਕਿਆ ਹੋਇਆ ਆ? ਮਰੀਮ ਨੂੰ ਦਿਖਿਆ ਉੱਤੇ, ਹਾਲੇਲੂਯਾ, ਕਬਰ ਦੇ ਉੱਤੇ, ਔਰ ਉਹ ਰੋ ਰਹੀ ਸੀ ਉੱਥੇ ਖੜੀ। ਔਰ ਜਦੋਂ ਦੇ ਯਿਸੂ ਮਸੀਹ ਨੂੰ ਉੱਥੇ ਖੜਾ ਦੇਖਿਆ, ਉਹਨੇ ਉਹਨੂੰ ਨਹੀਂ ਪਛਾਣਿਆ ਕਿ ਇਹ ਯਿਸੂ ਜਾਂ ਉਹਦਾ ਪ੍ਰਭੂ ਆ। ਹਾਲੇਲੂਯਾ। ਔਰ ਜੋ ਹੀ ਉਹਨੇ ਕਿਹਾ ਕਿ ਮਰੀਮ, ਔਰ ਜੋ ਹੀ ਮਰੀਮ ਨੇ ਪਛਾਣਿਆ ਕਿ ਯਿਸੂ ਆ, ਲੁਕ ਗਿਆ। ਆਮੀਨ। ਧੰਨਵਾਦ। ਲੁਕ ਗਿਆ। ਹਾਲੇਲੂਯਾ, ਉਦੋਂ ਹੀ ਲੁਕ ਗਿਆ। ਸੱਚ ਬੜੇ ਧਿਆਨ ਨਾਲ ਸੁਣ ਜੋ ਮੈਂ ਕਹਿਣ ਲੱਗਾ, ਸਮਝੋ ਇਹਨੂੰ। ਜਦੋਂ ਤੁਸੀਂ ਕਲੀਅਰ ਨਹੀਂ ਹੋ, ਜਦੋਂ ਤੁਹਾਨੂੰ ਸਮਝ ਨਹੀਂ ਆਉਂਦੀ, ਤੁਹਾਡੇ ਕੋਲ ਆਉਂਦਾ। ਆਮੀਨ। ਆਮੀਨ। ਜਦੋਂ ਤੁਹਾਨੂੰ ਸਮਝ ਆ ਗਈ ਕਿ ਉਹ ਹੀ ਆ, ਲੁਕ ਜਾਂਦਾ। ਹਾਲੇਲੂਯਾ। ਇਹ ਉਹਦਾ ਤਰੀਕਾ ਹੈ। ਆਮੀਨ। ਧੰਨਵਾਦ। ਹਾਲੇਲੂਯਾ। ਵਾਹ ਵਾਹ। ਜਦੋਂ ਦੀ ਗੜਬੜ ਛਾਂ ਪਰਛਾਨੀ ਦੀ ਆ, ਉਲਟ ਰਹੇ ਆ ਜਾਂ ਕੁਛ ਆ, ਸਾਰਾ ਕੁਛ ਹਾਲੇਲੂਯਾ, ਉਹ ਤੁਹਾਡੇ ਕੋਲ ਆਉਂਦਾ ਆ। ਇਹ ਉਸ ਦਾ ਸੁਭਾਅ ਹੈ, ਇਹ ਉਸ ਦਾ ਕੰਮ ਕਰਨ ਦਾ ਤਰੀਕਾ ਹੈ। ਹਾਲੇਲੂਯਾ। ਉਹ ਜਦ ਵੀ ਆਉਂਦਾ ਹੈ, ਉਹ ਅਣਡਿੱਠ ਹੁੰਦਾ ਆ। ਆਮੀਨ। ਔਰ ਉਹ ਅਣਡਿੱਠ ਜਦੋਂ ਆਉਂਦਾ ਹੈ, ਉਸ ਅਣਡਿੱਠ ਨੂੰ ਜਦੋਂ ਤੁਸੀਂ ਦੇਖ ਲਿਆ, ਉਹ ਫਿਰ ਚਲਾ ਗਿਆ। ਆਮੀਨ। ਧੰਨਵਾਦ। ਹਾਲੇਲੂਯਾ, ਹਾਲੇਲੂਯਾ। ਲੂਕਾ ਦੀ ਕਿਤਾਬ 24 ਬਾਬ, 2 ਬੰਦੇ ਤੁਰੇ ਜਾ ਰਹੇ, ਮੂਰਖਤਾ ਦੀਆਂ ਗੱਲਾਂ ਕਰਦੇ, ਔਰ ਮੈਂ ਵੀ ਉਹਨਾਂ ਚੋਂ ਇੱਕ ਆ। ਅਸੀਂ ਵੀ ਏਦਾਂ ਦੇ ਹੀ ਆ, ਅਸੀਂ ਸਾਰੇ ਵੀ ਏਦਾਂ ਦੇ ਹੀ ਆ, ਔਰ ਅਸੀਂ ਬਹੁਤ ਮੂਰਖਤਾ ਦੀਆਂ ਗੱਲਾਂ ਕਰਦੇ ਆ, ਕਿਉਂਕਿ ਇਨਸਾਨ ਆ। ਔਰ ਇਹ ਜਦੋਂ ਬੇਵਕੂਫੀ ਦੀਆਂ ਗੱਲਾਂ ਕਰਦੇ ਤੁਰੇ ਆ ਜਾ ਰਹੇ ਆ, ਹਾਲੇਲੂਯਾ, ਇਹ ਮੌਸ ਦੇ ਰਾਹ ਦੇ ਉੱਤੇ ਜਾਂਦਿਆਂ ਵਾਲ ਚੇਲਿਆਂ ਦੀ ਗੱਲ ਕਰ ਰਿਹਾ ਮੈਂ। ਹਾਲੇਲੂਯਾ। ਉਦਾਸ ਦੁਖੀ ਉਤਰੇ ਹੋਏ ਚਿਹਰੇ,
ਰਾਹ ਦੇ ਉੱਤੇ ਤੁਰੇ ਜਾ ਰਹੇ ਆ, ਅਫਸੋਸ ਕਰਦੇ ਹੋਏ ਇੱਕ ਦੂਜੇ ਦੇ ਨਾਲ ਗੱਲਾਂ ਕਰ ਰਹੇ ਪ੍ਰਭੂ ਦੀ ਮੌਤ ਦੀਆਂ। ਆਮੇਨ। ਅਚਾਨਕ ਇੱਕ ਬੰਦਾ ਆਇਆ, ਉਹਨਾਂ ਨਾਲ ਰਲ ਗਿਆ ਔਰ ਉਹਨਾਂ ਨੂੰ ਪੁੱਛਿਆ ਕੀ ਗੱਲਾਂ ਕਰਦੇ। ਸੱਚ ਆ ਜੀ, ਆਮੀਨ। ਉਹ ਕਹਿੰਦੇ ਕੀ ਗੱਲਾਂ ਕਰਦੇ, ਜਰੂਸ਼ਲਮ ਚ ਰਹਿੰਦੇ ਹੋਏ ਤੂੰ ਇੱਥੇ ਰਹਿੰਦਾ, ਤੈਨੂੰ ਇਹ ਨੀ ਪਤਾ ਇੱਡੀ ਵੱਡੀ ਘਟਨਾ ਘਟੀ, ਸਾਰੇ ਜਰੂਸ਼ਲਮ ਚ ਰੌਲਾ ਪਿਆ, ਘਰ ਘਰ ਇਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਆ, ਔਰ ਤੈਨੂੰ ਇੱਥੇ ਰਹਿੰਦੇ ਹੋਏ ਪਤਾ ਨਹੀਂ ਆ ਕੀ ਹੋਇਆ ਕੀ ਹੋਇਆ। ਹਲੇਲੂਯਾ। ਤਾਨੇ ਹੋਲੀ ਜਿਹੀ ਨਿੰਮੀ ਜਿਹੀ ਆਵਾਜ਼ ਚ ਕਿਹਾ ਕਿਹੜੀਆਂ ਗੱਲਾਂ। ਹਲੇਲੂਯਾ। ਬਹੁਤ ਵਧੀਆ। ਕਿਹੜੀਆਂ ਗੱਲਾਂ ਨੇ ਕਿਹਾ? ਤੋ ਤੁਰੇ ਗਏ ਫਿਰ, ਉਹ ਲੁਕਿਆ ਆ ਉਹਨਾਂ ਦੇ ਨਾਲ ਹੀ ਆ। ਔਰ ਮੈਂ ਤਾਂ ਦੱਸ ਰਿਹਾ, ਜੇ ਵੀ ਕਨਫਿਊਜ਼ਨ ਚ ਆ, ਜੇ ਵੀ ਗੜਬੜ ਚ ਆ, ਜੇ ਵੀ ਸ਼ੱਕ ਦੇ ਵਿੱਚ ਆ, ਤੂੰ ਆਊਗਾ ਔਰ ਜਦੋਂ ਤੁਹਾਡੀ ਸ਼ੱਕ ਦੂਰ ਹੋ ਗਈ ਕਹਾਣੀ ਯਾਤਰਾ ਆ ਔਰ ਤੁਰੇ ਜਾ ਰਹੇ ਹਨ। ਔਰ ਪ੍ਰਭੂ ਯਿਸੂ ਮਸੀਹ ਨੂੰ ਦੇਖੋ, ਸਬਰ ਦੇ ਨਾਲ, ਧੀਰਜ ਦੇ ਨਾਲ ਸਾਰੀਆਂ ਗੱਲਾਂ ਸੁਣੀਆਂ ਔਰ ਨਹੀਂ ਭੁੱਲਿਆ। ਹਾਲੇਲੂਯਾ। ਹਾਲੇਲੂਯਾ। ਧੀਰਜ ਵਾਲਾ ਪਰਮੇਸ਼ਵਰ ਤੂੰ ਵਿੱਚ ਨੀ ਬੋਲਿਆ। ਹਾਲੇਲੂਯਾ। ਸ਼ਾਂਤੀ ਦੇ ਨਾਲ ਚੁੱਪ ਚਾਪ ਉਹ ਜਿਹੜਾ 7 ਮੀਲ ਦਾ ਪੈਂਡਾ ਸੀਗਾ, 5 ਕੋ ਆਵੇ 5 ਕੋ ਜਿਹੜੇ ਸੀ। ਹਾਲੇਲੂਯਾ। ਉਹ ਵੱਡੇ ਆ ਆਵੇ 7.5 ਕਿਲੋਮੀਟਰਾਂ ਤੋਂ ਮੀਲਾਂ ਤੋਂ। ਔਰ ਕੀ ਹੋਇਆ ਜਦੋਂ ਉਹਦੀ ਆਪਣੀ ਸਾਰੀ ਕਹਾਣੀ ਨਿਬੇੜ ਲਈ, ਪੂਰੀ ਦੀ ਪੂਰੀ ਸਟੋਰੀ ਦੱਸ ਲਈ, ਫਿਰ ਪ੍ਰਭੂ ਨੇ ਕਿਹਾ ਹੇ ਮੂਰਖੋ, ਤੇ ਨਬੀਆਂ ਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਨ ਨੇਚਾ ਕਰਨ ਲਿਓ। ਆਮੇਨ। ਕਿ ਨਬੀਆਂ ਨੇ ਇਸ ਤਰ੍ਹਾਂ ਨਹੀਂ ਕਿਹਾ, ਕਿ ਜ਼ਬੂਰਾਂ ਚ ਇਸ ਤਰ੍ਹਾਂ ਨਹੀਂ, ਕਿ ਵਿਵਸਥਾ ਇਸ ਤਰ੍ਹਾਂ ਨਹੀਂ ਕਹਿੰਦੀ। ਆਮੇਨ। ਜਦ ਤੱਕ ਇਹ ਆਦਮੀ ਜੋ ਨਾਲ ਤੁਰਿਆ ਜਾ ਰਿਹਾ ਚੁੱਪ ਸੀਗਾ, ਆਮੇਨ, ਇਹ ਦੋਨਾਂ ਨੂੰ ਕੋਈ ਵੀ ਸੋਝੀ ਨਹੀਂ ਸੀ, ਪਰ ਜਦ ਇਹ ਆਦਮੀ ਬੋਲਣ ਲੱਗਾ ਤੇ ਦੋਨੇ ਪ੍ਰਭਾਵਿਤ ਹੋਏ। ਧੰਨਵਾਦ। ਇਸ ਅੱਜ ਨਬੀ ਦੀਆਂ ਗੱਲਾਂ ਸੁਣ ਕੇ ਜੋ ਉਹਨਾਂ ਦੇ ਨਾਲ ਰਲਿਆ ਸੀਗਾ, ਜੋ ਉੱਥੇ ਕਿਸੇ ਪਿੰਡ ਚੋਂ ਨਿਕਲ ਕੇ ਤੁਰ ਪਿਆ ਸੀ, ਉਹਨਾਂ ਲੱਗਾ ਕਿ ਇੱਥੇ ਕਿਸੇ ਪਿੰਡ ਦਾ ਹੈ। ਹਾਲੇਲੂਯਾ। ਔਰ ਬਾਅਦ ਜਦੋਂ ਉਹਨੇ ਆਪਣੀ ਗੱਲ ਕਰ ਲਈ ਤੇ ਉਹਨੇ ਇੱਦਾਂ ਕੀਤਾ ਕਿ ਅੱਗੇ ਚੱਲ ਚੱਲ ਲੱਗ ਦਿੱਤਾ, ਔਰ ਜਦੋਂ ਅੱਗੇ ਜਾਣ ਲੱਗਾ ਤਾਂ ਉਹਨਾਂ ਨੇ ਉਹਨੂੰ ਰੋਕਿਆ, ਕਿਉਂਕਿ ਉਹ ਪ੍ਰਭਾਵਿਤ ਹੋਇਆ। ਬਿਲਕੁਲ। ਉਹਦੀਆਂ ਗੱਲਾਂ ਚੰਗੀਆਂ ਲੱਗੀਆਂ, ਹਨਾ, ਕਿਉਂਕਿ ਉਹਨੇ ਵਚਨ ਦੀਆਂ ਗੱਲਾਂ ਕੀਤੀਆਂ। ਆਮੇਨ। ਔਰ ਜਦੋਂ ਫਿਰ ਉਹਨਾਂ ਨੇ ਉਹਨੂੰ ਕਿਹਾ ਵੀ ਬਈ ਆਪਾਂ ਇਕੱਠਿਆਂ ਇੰਨਾ ਸਫ਼ਰ ਕੀਤਾ, ਗੱਲਾਂ ਕੀਤੀਆਂ, ਵੀ ਸਾਡੇ ਨਾਲ ਹੀ ਖਾਣਾ ਖਾ ਇਕੱਠੇ। ਜਦੋਂ ਉਹਨੇ ਇਹ ਕੰਮ ਕੀਤਾ ਆਪ ਰੋਟੀ ਤੋੜ ਕੇ ਉਹਨਾਂ ਦੇਣ ਲੱਗਾ। ਹਾਲੇਲੂਯਾ। ਜਦੋਂ ਉਹਨੇ ਰੋਟੀ ਤੋੜ ਕੇ ਦਿੱਤੀ ਬਾਈਬਲ ਚ ਲਿਖਿਆ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ, ਤੁਸੀਂ ਉਹਨੂੰ ਪਛਾਣ ਲਿਆ ਔਰ ਉਹ ਲੁਕ ਗਿਆ। ਇੱਥੇ ਵੀ ਹੈਰਾਨੀ ਦੀ ਗੱਲ ਆ, ਜਦ ਉਹ ਦੇਖ ਨਹੀਂ ਰਹੇ ਸਨ, ਜਦ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ। ਆਮੇਨ। ਹਾਲੇਲੂਯਾ। ਬੜੇ ਧਿਆਨ ਦੇ ਨਾਲ ਸੁਣਿਆ, ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਦਾ ਪ੍ਰਭੂ ਹੈ, ਪਰ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣਦਾ। ਜਦੋਂ ਅਸੀਂ ਬੋਲਦੇ ਹਾਂ ਸਾਰਾ ਕੁਝ ਸੁਣਦਾ। ਆਮੇਨ। ਜਦੋਂ ਮੂਰਖਤਾ ਬੇਵਕੂਫੀਆਂ ਵਾਲੀਆਂ ਗੱਲਾਂ ਕਰਦੀਏ ਸੀਗੇ ਤਾਂ ਧੀਰਜ ਧਰ ਕੇ ਸੁਣਦਾ ਰਿਹਾ, ਜਦੋਂ ਅਸੀਂ ਵੀ ਕਰਦੇ ਹਾਂ। ਆਮੇਨ।
ਉਹ ਲੰਬਾ ਸਮਾਂ ਤੁਹਾਡੇ ਨਾਲ ਜਾਵੇਗਾ ਮੂਰਖਤਾ ਬੇਵਕੂਫੀ ਦੀਆਂ ਫਾਲਤੂ ਗੱਲਾਂ ਨੂੰ ਸੁਣਦਾ ਰਹੇਗਾ ਠੀਕ ਹੈ ਧੀਰਜ ਧਰਦਾ ਪਰਮੇਸ਼ਵਰ ਆਮੇਨ ਪਰ ਬਾਈਬਲ ਦੱਸਦੀ ਜਿਉਂ ਹੀ ਉਹਨਾਂ ਦੀਆਂ ਅੱਖਾਂ ਖੁੱਲੀਆਂ ਆਮੇਨ ਤਾਂ ਉਹ ਉਹਨਾਂ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ ਲੋਪ ਹੋ ਗਿਆ ਲੁਕ ਗਿਆ ਇਹ ਸਾਡੇ ਪਰਮੇਸ਼ਵਰ ਦਾ ਸੁਭਾਅ ਕੰਮ ਕਰਨ ਦਾ ਔਰ ਤੁਸੀਂ ਭੈਣੋ ਭਰਾਵੋ ਇਸ ਗੱਲ ਯਕੀਨੀ ਹੋ ਜਾਓ ਪੱਕੇ ਹੋ ਜਾਓ ਜਦੋਂ ਤੁਸੀਂ ਪ੍ਰਭੂ ਨੂੰ ਨਹੀਂ ਵੇਖਦੇ ਉਹ ਤੁਹਾਡੀ ਸੁਣ ਰਿਹਾ ਹੋ ਜਦ ਤੁਸੀਂ ਮੂਰਖਤਿਆ ਦੀਆਂ ਗੱਲਾਂ ਕਰ ਰਹੇ ਹੋ ਉਹ ਤੁਹਾਡੀ ਉਦੋਂ ਵੀ ਸੁਣਦਾ ਔਰ ਤੁਹਾਡਾ ਸਾਥ ਦਿੰਦਾ ਹੈ ਨਾਲ ਤੁਰਿਆ ਰਹਿੰਦਾ ਹੈ ਹਾਲੇਲੂਇਆ ਉਹ ਸਦਾ ਸਾਡੇ ਨਾਲ ਉਹ ਸਾਡੇ ਨਾਲ ਨਾਲ ਚੱਲਦਾ ਹੈ ਆਮੇਨ ਹਾਲੇਲੂਇਆ ਸੁਣੋ ਧਿਆਨ ਦੇ ਨਾਲ ਉਹ ਯਿਸੂ ਮਸੀਹ ਉਹ ਪਰਮੇਸ਼ਵਰ ਇਸ ਵਕਤ ਸਾਡੇ ਨਾਲ ਹੈ ਆਮੇਨ ਪਰ ਤਦ ਵੀ ਉਹ ਸਾਨੂੰ ਦਿਖਾਈ ਨਹੀਂ ਦੇ ਰਿਹਾ ਕਿਸੇ ਨੂੰ ਉਹ ਸਾਡੇ ਵਿੱਚ ਨਿਵਾਸ ਕਰ ਰਿਹਾ ਹੈ ਸਾਡੇ ਵਿੱਚ ਰਹਿੰਦਾ ਹੈ ਔਰ ਇਹਦੇ ਬਾਵਜੂਦ ਅਸੀਂ ਉਹਨੂੰ ਨਹੀਂ ਵੇਖ ਰਹੇ ਕਿਉਂਕਿ ਸਾਡੇ ਵਿੱਚ ਲੁਕਿਆ ਹੋਇਆ ਹੈ ਸੱਚਮੁੱਚ ਉਹ ਤੁਹਾਡੇ ਵਿੱਚ ਹੈ ਸੱਚਮੁੱਚ ਉਹ ਤੁਹਾਡੀ ਜ਼ਿੰਦਗੀ ਚ ਕੰਮ ਕਰ ਰਿਹਾ ਹੈ ਔਰ ਅਦਭੁਤ ਕੰਮ ਹੈ ਅਜੀਬ ਕੰਮ ਹੈ ਅਨੋਖੇ ਕੰਮ ਹਨ ਜੋ ਤੁਹਾਡੀਆਂ ਜ਼ਿੰਦਗੀਆਂ ਚ ਕੰਮ ਕਰ ਰਿਹਾ ਹੈ ਜਿਹੜੇ ਉਹ ਕਰ ਰਿਹਾ ਹੈ ਪਰ ਉਹਦਾ ਸੁਭਾਈ ਹੈ ਕਿ ਜਿਹੜੇ ਕੰਮ ਉਹ ਤੁਹਾਡੀ ਜ਼ਿੰਦਗੀ ਚ ਕਰ ਰਿਹਾ ਹੈ ਤੁਹਾਡੇ ਘਰਾਂ ਚ ਕਰ ਰਿਹਾ ਤੁਹਾਡੇ ਕੰਮ ਕਾਰ ਦੇ ਵਿੱਚ ਕਰ ਰਿਹਾ ਤੁਹਾਡੇ ਬਿਜ਼ਨਸ ਜਾਂ ਤੁਹਾਡੀਆਂ ਦੁਕਾਨਾਂ ਚ ਕਰ ਰਿਹਾ ਹੈ ਉਹ ਸਾਰੇ ਕੰਮ ਲੁਕ ਕੇ ਕਰ ਰਿਹਾ ਹੈ ਕਿਉਂਕਿ ਉਹ ਪਰਮੇਸ਼ਵਰ ਹੈ ਜੋ ਆਪਣੇ ਆਪ ਨੂੰ ਲੁਕਾਉਂਦਾ ਹੈ ਹਾਲੇਲੂਇਆ ਹਾਲੇਲੂਇਆ ਇੱਕ ਵਾਰ ਦੀ ਗੱਲ ਹੈ ਸਾਰੇ ਚੇਲੇ ਅੰਦਰ ਲੁਕੇ ਹੋਏ ਸੀ ਤਾਲੇ ਮਾਰ ਕੇ ਔਰ ਯਿਸੂ ਮਸੀਹ ਅਚਾਨਕ ਚੇਲਿਆਂ ਚ ਆ ਗਿਆ ਔਰ ਉਹਨਾਂ ਨੂੰ ਦਿਖਾਈ ਦਿੱਤਾ ਥੋਮਾ ਨੇ ਕਿਹਾ ਜੋ ਅੱਛੇ ਨਹੀਂ ਸੀ ਵੀ ਮੈਂ ਨਹੀਂ ਯਕੀਨ ਕਰਦਾ ਯਾਦ ਆ ਘਟਨਾ ਦਾ ਥੋਮਾ ਨੇ ਕਿਹਾ ਕਿ ਮੈਂ ਨਹੀਂ ਯਕੀਨ ਕਰਦਾ ਆਮੇਨ ਮੈਂ ਉਦੋਂ ਮੰਨਣਾ ਹੈ ਉਦੋਂ ਵਿਸ਼ਵਾਸ ਕਰਨਾ ਜਦੋਂ ਮੈਂ ਉਹਦੇ ਹੱਥਾਂ ਦੇ ਜਿਹੜੇ ਛੇਕ ਸੀ ਉਹਨਾਂ ਚ ਹੱਥ ਪਾ ਲੈਂਦਾ ਔਰ ਵੱਖੀ ਦੇ ਵਿੱਚ ਜੋ ਉਹਦੇ ਨੇਜਾ ਮਾਰਿਆ ਗਿਆ ਸੀ ਉਹ ਵੀ ਦੇਖ ਲੈਂਦਾ ਔਰ ਹੱਥ ਵੀ ਪਾ ਲੈਂਦਾ ਆਮੇਨ ਹਾਲੇਲੂਇਆ ਹਾਲੇਲੂਇਆ ਇਸ ਤੋਂ ਇਲਾਵਾ ਮੈਂ ਨਹੀਂ ਮੰਨਣਾ ਆਮੇਨ ਪ੍ਰਭੂ ਉਹਦੀ ਕਮਜ਼ੋਰੀ ਨੂੰ ਜਾਣਦਾ ਸੀ ਸਾਡੀਆਂ ਨੂੰ ਵੀ ਜਾਣਦਾ ਆਮੇਨ ਔਰ ਇੱਕ ਦਿਨ ਉਹ ਆ ਗਿਆ ਔਰ ਆ ਕੇ ਥੋਮਾ ਨੂੰ ਕਿਹਾ ਬਈ ਸੱਜਣਾ ਆ ਜਾ ਜੋ ਤੂੰ ਕਰਨਾ ਚਾਹੁੰਦਾ ਉਹਦੇ ਚ ਵਿਸ਼ਵਾਸ ਕਰ ਔਰ ਆ ਦੇਖ ਆਮੇਨ ਮੇਰੇ ਨਿਸ਼ਾਨ ਔਰ ਸਭ ਚੀਜ਼ਾਂ ਤਾਂ ਥੋਮਾ ਨੇ ਉਹਦੇ ਅੱਗੇ ਡੇਗਿਆ ਔਰ ਕਿਹਾ ਕਿ ਉਹਦੀ ਭਗਤੀ ਕੀਤੀ ਔਰ ਕਿਹਾ ਕਿ ਤੂੰ ਪ੍ਰਭੂ ਆ ਤੂੰ ਪਰਮੇਸ਼ਵਰ ਹਾਲੇਲੂਇਆ ਔਰ ਯਿਸੂ ਮਸੀਹ ਨੇ ਉੱਥੇ ਲਫ਼ਜ਼ ਵਰਤੇ ਜੋ ਸਾਡੇ ਅੱਜ ਲਈ ਬੜੇ ਜ਼ਰੂਰੀ ਸਾਡਾਂ ਲਈ ਜ਼ਰੂਰੀ ਉਹਨੇ ਕਿਹਾ ਤੂੰ ਦੇਖਿਆ ਆ ਤਾਂ ਵਿਸ਼ਵਾਸ ਕਰ ਕੀਤਾ ਹੈ ਆਮੇਨ ਪਰ ਧੰਨ ਉਹ ਹਾਂਜੀ ਜੋ ਨਹੀਂ ਦੇਖਦੇ ਔਰ ਵਿਸ਼ਵਾਸ ਕਰਦੇ ਆ ਹਾਲੇਲੂਇਆ ਆਮੇਨ ਆਮੇਨ ਮਤਲਬ ਕਿ ਉਹ ਲੁਕ ਕੇ ਕੰਮ ਕਰਦਾ ਹੈ ਤੁਹਾਨੂੰ ਜੋ ਵਿਸ਼ਵਾਸ ਕਰਦੇ ਆ ਕਿ ਅੱਜ ਦੀ ਸੰਗਤੀ ਪ੍ਰਭੂ ਦੇ ਕੋਲੋਂ ਆਮੇਨ ਤੁਹਾਨੂੰ ਜੋ ਵਿਸ਼ਵਾਸ ਕਰਦੇ ਕਿ ਪ੍ਰਚਾਰ ਇਹ ਜੋ ਪ੍ਰਚਾਰ ਆ ਪ੍ਰਭੂ ਦੀ ਵੱਲੋਂ ਆਮੇਨ ਤੁਹਾਡੇ ਲਈ ਜੋ ਦੁਆ ਹੋਈ ਤੁਹਾਡੇ ਲਈ ਜੋ ਪ੍ਰਾਰਥਨਾ ਹੋਈਆਂ ਤੁਸੀਂ ਜੋ ਪ੍ਰਭੂ ਦੇ ਜੋ ਕੁਛ ਵੀ ਕਰ ਰਹੇ ਹੋ ਹਾਲੇਲੂਇਆ ਤੁਸੀਂ ਜਦੋਂ ਇਹਨੂੰ ਮੰਨਦੇ ਹੋ ਕਿ ਪ੍ਰਭੂ ਦੀ ਵੱਲੋਂ ਹੋ ਤੇ ਵਿਸ਼ਵਾਸ ਕਰਦੇ ਹੋ ਬਿਨਾਂ ਦੇਖੇ ਤੁਹਾਡਾ ਸੁਭਾਅ ਆ ਕਿ ਲੋਕ ਦੇਖਣ ਤੁਹਾਨੂੰ ਦੇਖਣ ਗਾਣਾ ਗਾਉਣਾ ਜਦੋਂ ਆਲਾ ਦੁਆਲਾ ਵੀ ਮਾੜਾ ਜਿਹਾ ਝਾਤੀ ਮਾਰ ਲੈਣੀ ਕਿ ਦੇਖਦੇ ਭੈਣ ਭਰਾ ਕਈ ਵਾਰੀ ਤਾਂ ਕਰਦੇ ਆਮੇਨ ਪਰ ਪਰਮੇਸ਼ਵਰ ਦਾ ਸੁਭਾਅ ਇਹ ਆ ਕਿ ਲੋਕੀ ਵਿਸ਼ਵਾਸ ਕਰਨ ਦਿਖਾਵਾ ਨਾ ਦੇਖਣ ਵਿਸ਼ਵਾਸ ਕਰਨ ਆਮੇਨ ਕਿਉਂਕਿ ਪਰਮੇਸ਼ਵਰ ਕਹਿ ਰਿਹਾ
ਸਾਨੂੰ ਜੋ ਬਿਨਾਂ ਦੇਖੇ ਵਿਸ਼ਵਾਸ ਕਰਦੇ ਆ ਕਿਉਂਕਿ ਮੈਂ ਆਪਣੇ ਆਪ ਨੂੰ ਲੁਕਾਉਂਦਾ ਹਾਂ ਆਮੇਨ ਹਾਲੇਲੂਇਆ ਤਾਂ ਪਤਰਸ ਹੁਣਾਂ ਨੂੰ ਸਭ ਪਵਿੱਤਰ ਆਤਮਾ ਮਿਲ ਗਿਆ ਸਭ ਇਹਨਾਂ ਚੀਜ਼ਾਂ ਦੇ ਫਿਰ ਤਜਰਬੇ ਹੋ ਗਏ ਤਾਂ ਫਿਰ ਜਦੋਂ ਪਹਿਲਾ ਪਤਰਸ ਲਿਖ ਰਿਹਾ ਤਾਂ ਉਹਨੂੰ ਥੋੜਾ ਬਹੁਤਾ ਅੰਦਾਜ਼ਾ ਹੋ ਗਿਆ ਸੀਗਾ ਪਹਿਲਾ ਪਤਰਸ ਇੱਕ ਬਾਬ ਦੀ ਅੱਠਾਂ ਚ ਲਿਖਦਾ ਜਿਹਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ ਅਤੇ ਭਾਵੇਂ ਹੁਣ ਉਹਨੂੰ ਨਹੀਂ ਵੇਖਦੇ ਤਾਂ ਵੀ ਉਸ ਉੱਤੇ ਨਿਸ਼ਚਾ ਕਰਕੇ ਏਡਾ ਆਨੰਦ ਕਰਦੇ ਹੋ ਜੋ ਵਰਣਨ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਆਮੇਨ ਇੰਨਾ ਪਿਆਰ ਬਿਨਾਂ ਦੇਖੇ ਸੱਚਾ ਜੀ ਹਾਲੇਲੂਇਆ ਹਾਲੇਲੂਇਆ ਇਹ ਬੜੀ ਹੈਰਾਨੀ ਔਰ ਅਦਭੁਤ ਔਰ ਬੜੀ ਅਜੀਬ ਗੱਲ ਆ ਆਮੇਨ ਕਿੱਥੇ ਤੁਸੀਂ ਕਿਸੇ ਬੰਦੇ ਨੂੰ ਲੱਭੋਗੇ ਜਿਹੜਾ ਬੰਦੇ ਨੇ ਕਿਸੇ ਨੂੰ ਦੇਖਿਆ ਹੀ ਨਹੀਂ ਔਰ ਉਹਨੂੰ ਪਿਆਰ ਕਰੇ ਹਾਲੇਲੂਇਆ ਹਾਲੇਲੂਇਆ ਪਰ ਪਤਰਸ ਇੱਥੇ ਕਹਿ ਰਿਹਾ ਕਿ ਜਿਹਨੂੰ ਤੁਸੀਂ ਬਿਨ ਵੇਖੇ ਪਿਆਰ ਕਰਦੇ ਆਮੇਨ ਪਿਆਰ ਵੀ ਇੰਨਾ ਜ਼ਿਆਦਾ ਕਿ ਤੁਸੀਂ ਉਹਨੂੰ ਵੇਖਦੇ ਵੀ ਨਹੀਂ ਤਾਂ ਵੀ ਉਹਦੇ ਉੱਤੇ ਨਿਹਚਾ ਕਰਕੇ ਦਾ ਆਨੰਦ ਕਰਦੇ ਹੋ ਜੋ ਬਣਨ ਤੋਂ ਬਾਹਰ ਆ ਪਤਰਸ ਇੱਥੇ ਗੱਲ ਕਰ ਰਿਹਾ ਪਿਆਰ ਦੀ ਤੇ ਨਿਹਚਾ ਦੀ ਹਾਲੇਲੂਇਆ ਪਿਆਰ ਦੀ ਤੇ ਵਿਸ਼ਵਾਸ ਦੀ ਅਬਰਾਹਮ ਨੇ ਕਿਹਾ ਜੁੜਵਾ ਮਹਿਮਾ ਹੋਵੇ ਉਹਨੇ ਕਿਹਾ ਪਿਆਰ ਤੇ ਵਿਸ਼ਵਾਸ ਜੁੜਵਾ ਆਮੇਨ ਹਾਲੇਲੂਇਆ ਔਰ ਪਿਆਰ ਵੀ ਦਿਸਦਾ ਨਹੀਂ ਹੈ ਤੇ ਵਿਸ਼ਵਾਸ ਵੀ ਦਿਸਦਾ ਨਹੀਂ ਹੈ ਗੁਣ ਦੋਨੇ ਅਣਦਿਸ ਗੁਣ ਆਮੇਨ ਔਰ ਇਹ ਹੀ ਪਰਮੇਸ਼ਵਰ ਦੀ ਪਰਫੈਕਟ ਜਿਹੜਾ ਫੇਥ ਆ ਸਿੱਧ ਵਿਸ਼ਵਾਸ ਤੇ ਪੜ੍ਹ ਸਕਦੇ ਉਹਨੂੰ ਆਮੇਨ ਹਾਲੇਲੂਇਆ ਹਾਲੇਲੂਇਆ ਤਾਂ ਆਓ ਫਿਰ ਸਮਝੀਏ ਭੈਣ ਭਰਾਵੋ ਕਿ ਪਰਮੇਸ਼ਵਰ ਦਾ ਸੁਭਾਅ ਔਰ ਸਾਡਾ ਸੁਭਾਅ ਫਰਕ ਹੈ ਆਮੇਨ ਅਸੀਂ ਕਹਿੰਦੇ ਆ ਕਿ ਜੇ ਤੇ ਕੋਈ ਖੇਡਣ ਲੱਭ ਪਿਆ ਤੇ ਕੁੱਤਾ ਸਿੱਧਾ ਹੋ ਗਿਆ ਕੋਈ ਕਹਿਣਾ ਉਹ ਬਈ ਪਰਮੇਸ਼ਵਰ ਨੇ ਕੰਮ ਕੀਤਾ ਹਨਾ ਬਿਲਕੁਲ ਸਾਡਾ ਸੁਭਾਅ ਆ ਜੇ ਰੌਲਾ ਰੱਪਾ ਪਿਆ ਤਾਂ ਕੋਈ ਏਦਾਂ ਦਾ ਕੁਛ ਹੋਇਆ ਹੀ ਕਹਿਣਾ ਬਈ ਮੀਟਿੰਗ ਜਿਹੜੀ ਆ ਬਹੁਤ ਕਮਾਲ ਦੀ ਹੋਈ ਪ੍ਰਭੂ ਸਾਡੇ ਵਿੱਚ ਆ ਉਹਨੇ ਆਪਣੇ ਆਪ ਨੂੰ ਸਾਬਤ ਕੀਤਾ ਧੰਨਵਾਦ ਹਨਾ ਅਸੀਂ ਫਿਰ ਏਦਾਂ ਕਹਿਣਾ ਡਿੱਗ ਪਿਆ ਜਾਂ ਕੁਛ ਹੋਰ ਹੋਇਆ ਅਸੀਂ ਕਹਿਣਾ ਬਈ ਸੱਚਮੁੱਚ ਪ੍ਰਭੂ ਸਾਡੇ ਵਿੱਚ ਪਰ ਇਹ ਕੋਈ ਪ੍ਰਮਾਣ ਨਹੀਂ ਆ ਨਾ ਹੀ ਅਸਲੀਅਤ ਅਸਲੀਅਤ ਇਹ ਨਹੀਂ ਹੈ ਕਿਉਂਕਿ ਪੁੱਠੇ ਸਿੱਧੇ ਹੋਰ ਵੀ ਕਈ ਤਰ੍ਹਾਂ ਹੋ ਜਾਂਦੇ ਆਮੇਨ ਆਮੇਨ ਹਾਲੇਲੂਇਆ ਪਰ ਏਦਾਂ ਨਹੀਂ ਹੈ ਕਿਰੋਲਾ ਰੱਪਾ ਪਿਆ ਚੀਕ ਝਾੜਾ ਪੈ ਗਿਆ ਬਹੁਤ ਜ਼ਿਆਦਾ ਢੋਲ ਧਮੱਕੇ ਹੋ ਗਏ ਠੀਕ ਆ ਆਮੇਨ ਇਹਦਾ ਮਤਲਬ ਇਹ ਨਹੀਂ ਕਿ ਪਰਮੇਸ਼ਵਰ ਦੇਖਿਆ ਸਾਡੇ ਉਦੋਂ ਜਦੋਂ ਸਾਦਗੀ ਚ ਸਭ ਕੁਛ ਆ ਚੁੱਪ ਚਾਪ ਆ ਬੰਦੇ ਫੈਸਲਾ ਲੈ ਰਹੇ ਬੰਦੇ ਕਹਿ ਰਹੇ ਕਿ ਪ੍ਰਭੂ ਮੈਂ ਤੇ ਮੈਂ ਚੱਲਾਂਗਾ ਮੈਂ ਤਿਆਰੀ ਕਰਦਾ ਜਿੰਨਾ ਪ੍ਰਭਾਨਾਮ ਨੇ ਕਿਹਾ ਵੱਡੇ ਵੱਡੇ ਜਿੰਨੇ ਕੰਮ ਆ ਚੁੱਪ ਚਾਪ ਹੁੰਦੇ ਖਰਬਾਂ ਹੀ ਲੀਟਰ ਪਾਣੀ ਰੋਜ਼ ਚੁੱਪ ਚਾਪ ਚੁੱਕ ਹੋ ਜਾਂਦਾ ਸਵੇਰੇ ਕੋਈ ਰੌਲਾ ਨਹੀਂ ਪੈਂਦਾ ਸੂਰਜ ਨਿਕਲਦਾ ਔਰ ਸਭ ਚੁੱਕ ਲੈ ਜਾਂਦਾ ਆਮੇਨ ਨਦੀਆਂ ਦੀਆਂ ਨਦੀਆਂ ਪਾਣੀ ਉੱਪਰ ਚੁੱਕ ਲਿਆ ਜਾਂਦਾ ਔਰ ਫਿਰ ਤੁਸੀਂ ਦੇਖੋ ਕਿੰਨਾ ਡਿੱਗਦਾ ਜਦੋਂ ਡਿੱਗਿਆ ਉਦੋਂ ਪਤਾ ਲੱਗਾ ਡਿੱਗਿਆ ਚੁੱਪ ਹੋਏ ਦਾ ਨਹੀਂ ਪਤਾ ਲੱਗਦਾ ਪਰਮੇਸ਼ਵਰ ਦੇ ਕੰਮ ਚੁੱਪ ਚਾਪ ਹੁੰਦੇ ਰਹਿੰਦੇ ਹਾਲੇਲੂਇਆ ਮੈਂ ਕਹਿਣਾ ਚਾਹੁੰਦਾ ਭੈਣ ਭਰਾਵੋ ਉਹ ਪਰਮੇਸ਼ਵਰ ਜਿਹੜਾ ਲੁਕਦਾ ਹੈ ਉਹ ਬਹੁਤ ਹੀ ਸਕਾਰਾਤਮਕ ਔਰ ਬਹੁਤ ਹੀ ਸ਼ਕਤੀਸ਼ਾਲੀ ਤਰੀਕੇ ਦੇ ਨਾਲ ਸਾਡੇ ਅੰਦਰ ਕੰਮ ਕਰ ਰਿਹਾ ਹੈ ਆਮੇਨ ਔਰ ਉਹ ਕੰਮ ਜਿਹੜਾ ਆ ਬੜਾ ਚੁੱਪ ਚਾਪ ਆ ਰੌਲੇ ਰੱਪਾ ਵਾਲਾ ਨਹੀਂ ਪਰ ਉਹ ਤੁਹਾਡਾ ਅੰਦਰੂਨੀ ਅੰਦਰ ਆ ਅੰਦਰ ਗੁਪਤ ਦੇ ਵਿੱਚ ਹਾਂਜੀ ਗੁਪਤ ਇਨਸਾਨੀਅਤ ਚ ਸਾਰੇ ਕੰਮ ਚੱਲ ਰਹੇ ਆਮੇਨ ਹਾਲੇਲੂਇਆ ਹਾਲੇਲੂਇਆ ਔਰ ਜਦੋਂ ਅੰਦਰ ਚੱਲਦਾ ਆ ਕੰਮ ਸਾਡਾ ਬਾਹਰਲਾ ਸਰੀਰ ਵੀ
जो तर्क या नॉलेज या आले दुआले का पता वो भी कई बार अंदरले ना सहमत नहीं हुंदा शक करता है कि काम प्रभु वालों ही है या नहीं है। कई बार अंदर ला एक निम्मी होली जी आवाज कोई सुझा दिंदा है तो बाहरला जिहड़ा है कई बार उस सुझा उत्ते मानता है शरीरक गल मानता पर जो वचन के मुताबिक है गल ओनू तुसीं गंभीर लो और सीरियस लो। आमें। हालेलुया। वो परमेश्वर बाहर भी काम करता है अंदर भी करता है पर उदा काम अंदर ज्यादा हुंदा है बाहर पे बाद च पता लगता है। हालेलुया। समझ लगी और जिन्ना भी काम है उदा गुप्त है चुप चाप या। हालेलुया। आमें। सुनियो मैं बस समाप्त करने वाला बहुत देर नहीं तुहानू बिठाउणा ए बिल्कुल सच्ची गल है जिन्ना ज्यादा संगतियां दा रौला जिन्ना ज्यादा उत्थे चीख चिहाड़ा जिन्ना ज्यादा ओह बंदगियां हाईलाइट है ना जिन्ना ज्यादा उहदा रौला रप्पा सारा कुछ उन्ना ही ज्यादा रब दा काम नहीं है जिन्ना ज्यादा रौला उन्ना ही घट अलौकिक काम है। मॉडर्न टाइप नहीं होती मॉडर्न पे मीट का हो गई सादगी वालियां नहीं सादगी वालियां होइयां ही बिल्कुल सही कर आमीन। सो जिन्ना ज्यादा रौला रप्पा साज बजाने आपा या कई बार नहीं कहते स्पेशल आज बहुत धूम धड़का करिए पता लग जाए जिन्ना ज्यादा ही पता ला देने प्रभु का काम उन्ना ज्यादा रुक जाता है और जिन्ना ज्यादा चुप चाप जिन्ना ज्यादा सादगी दे विच आमें और जिन्ना ज्यादा शांति चुप चाप मीटिंग या उन्ना ही बड़ा महान अलौकिक काम उस कई बारी मैं समझ नहीं लगती उसी बात पता लग गया लोगों ने मैं कहना मीटिंग बड़े प्रोग्राम ना बनाए पांच दस बीस तीस जिन्हें भी हो प्रोग्राम जान बड़े सात मीटिंग करिए मैं देखिए उन्होंने बहुत काम होता ता भी तजर्बा है। हालेलुया। दूजा फिर प्रोग्राम बन जाता और रौला रप्पा बन जाता और जिन्ना ज्यादा रौला रप्पा चीख चिहाड़ा शोर शराबे उन्ना ही घट काम प्रभु का उत्ते होता है और जिन्ना ज्यादा सादगी चुप चाप आ उन्ना ही बाद अलौकिक उत्ते काम करता है। हालेलुया। और मैं उम्मीद करदा कि शब्द ये वचन जो प्रचार किया गया तुहानू ये समझ देगा तुहानू इस सोची च लैके आवेगा आमीन कि जो महान शक्तिशाली परमेश्वर जो इत्थे हाजिर आ वो वड्डे वड्डे बहुत दिखावे दे कम्मां नू साडे तो नहीं चाहुंदा ना ही चाहुंदा असीं करिए आमीन और वो कहिंदा कि इन्हां वड्डियां चीज़ां नू छड्ड के छोटी छोटियां चीज़ां वल आओ आमें यही उदा काम है जो साढ़े अंदर कर रहा है। वड्डे वड्डे दर्शन देखे मैनू सुपना आ गया जा ओ हो गया आ हो गया इन्हां वड्डे वड्डे प्रकाशना मैनू एदा पता लग गया उदा पता लग गया इन्हां चीजा पिछे ना जाओ और ना इन्हां चीजा पिछे जाओ कि बाहरी तौर ते बहुत वड्डा कुछ होवेगा पर वो परमेश्वर जो अपने आप नु लुकोंदा आ वो ताडे जीवन च लुक के काम करदा आ और जेड़ा लुक के काम करदा बड़ा ही शक्तिशाली काम हुंदा है। प्रभु ने नहीं कहा जेड़ा काम तुसीं लुक के करोगे शरेआम उहदा के बाद प्रतिफल मिलेगा। आमीन। तुहाडी जिम्मेदारी साडी सब दी जिम्मेदारी ये है भैण भरावो कि असी उस निम्मी जई ਹੌਲੀ ਜਿਹੀ ਆਵਾਜ਼ ਜੋ ਆਉਂਦੀ ਆ ਚੁੱਪ ਚਾਪ ਅੰਦਰੋਂ ਉਹਦੇ ਨਾਲ ਸਹਿਯੋਗ ਦੇਈਏ ਉਹਨਾਂ ਮਿਲ ਕੇ ਕੰਮ ਕਰੀਏ। ਹਾਲੇਲੂਇਆ। ਔਰ ਉਹ ਆਵਾਜ਼ ਇਦਾਂ ਲੱਗੇ ਕਿ ਕਰੇ ਸਾਡੀ ਆਵਾਜ਼ ਹੀ ਆ ਪਰਮੇਸ਼ਵਰ ਦੀ ਨਹੀਂ ਹੈ ਪਰ ਉਹੀ ਪਰਮੇਸ਼ਵਰ ਦੀ ਆਵਾਜ਼ ਹੈ। ਆਮੇਨ। ਔਰ ਤੁਸੀਂ ਉਹਨੂੰ ਪਛਾਣਨਾ ਹੈ ਪਰਮੇਸ਼ਵਰ ਦੀ ਆਵਾਜ਼ ਹੈ ਔਰ ਜਦੋਂ ਤੁਸੀਂ ਪਛਾਣੋਗੇ ਆਵਾਜ਼ ਆ ਉਸ ਗਹਿਰਾਈ ਦੇ ਅੰਦਰ ਤਾਂ ਗਹਿਰਾਈ ਦੇ ਅੰਦਰ ਏਡਾ ਵੱਡਾ ਤੁਹਾਡਾ ਕੰਮ ਹੋਵੇਗਾ ਉੱਪਰ ਦੇ ਵਿੱਚ ਚੁੱਪ ਚਾਪ ਲੁਕਿਆ ਹੋਇਆ ਆਮੇ ਤਾਂ ਤੁਸੀਂ ਵੀ ਫਿਰ ਯਸ਼ਾਇਆ ਵਾਂਗੂ ਕਹੋਗੇ ਆਮੇ ਐਂਡ ਤੇ ਜਿੱਦਾਂ ਉਹਨੇ ਆਪਣਾ ਸਾਰਾ
निचोड़ काढ़ लिया, ताडा भी निचोड़ यह होवेगा। तू सचमुच एक परमेश्वर है जो आप नु लुकोंदा है, इस रैल दे बचाउण वाले परमेश्वर। हालेलुया। आओ प्रार्थना कर दे, अपने सिरां चुकांदे साडे सर्वशक्तिमान जीवंदे परमेश्वर, तू अपने आप नु लुकोंदा है। तेरे नबी ने कहा, प्रभुदान हमने वो उन्होंने बकरिया छत्तिया चमड़िया के पिछे नुक्या रहा, पग के खंभे के पिछे नुक्या रहा, और वो बदलों के पिछे नुक्या रहा, और वो नबिया के पिछे नुक्या रहा। आज वो अपनी दुल्हन के पिछे नुक्या होया है। जब उसने प्रचार किया परमेश्वर बेपरदा करना, उसने यही कहा कि वो परमेश्वर सदा अपने आप को लुकाता है और वो अपने लोगों में लुक के काम करता है। प्रभु तू दिखावे नहीं, बड़िया चीजा नहीं, चकाचौंध नहीं, रौले नहीं, जिन्हिया साड़िया मशहूरिया हैं, जिन्हें ज्यादा अस मशहूर पास्टर बनते हाँ, उन्ना ही तेरा काम साढ़े अंदर मैं लगता घटता है। चुप चाप शांति तेरी मर्जी पालते रहिए और तेरी इच्छा साडे जीवन पूरा होंदा देखिए। इत्थे दे भैणां भरावां नूं बरकत दे, भाई जसपाल जी हुणां नूं, सारे सेवकां नूं आशीषित कर, और ये जो गलबात असीं कीती है भैन भरा वड्डियां उच्चियां गल्लां वल मन ना लगाउण, बल्कि तेरे उस गुप्त काम वल जो बड़े वड्डे और अलौकिक तरीके दे नाल चुप चाप हो रहा है, उधर ध्यान देण और उसनूं प्रभु समझण। तू मदद कर और तू बरकत आशीष दे। इज्जत जलाल महिमा तेरे नाम मिले। प्रभु असी भी दिखावे ना करिए, काश कि तेरा सुभाव साडे च आ जावे, जिथे असी चुप चाप शांति दे नाल दिखाव्या च नहीं जो कुछ करते हाँ गुप्त च करिए, क्योंकि तेरा चरित्र है गुप्त च। मदद किसी की करनी गुप्त च करिए। वड्डे वड्डे दिखावे वड्डे वड्डियां गल्लां साडे तों दूर होण, काश कि असी होर भी तेरे विच वध बणे रहीए। और तू कह जे ते मेरे च बने रहो, मेरा वचन ताडे च बनिया रहे, फिर जो चाहे मंगो ताडे लई हो जावे। आमीन। अज दे वचन लई धन्नवाद, प्रभु यीशु मसीह दे नाम विच दुआ करदे हां। आमीन। आमीन। पंद्रह